ਗੱਗੇ ਨੇ ਵੀ ਫੋਨ ਕੀਤਾ, ਕਹਿੰਦਾ ਕੰਮ ਆ ਤੇਰੇ ਕੋਲ ਆਉਣਾ, ਹਜੇ ਤੱਕ ਆਇਆ ਹੈ ਨਹੀਂ। ਮੈਂ ਵੀ ਲਹਿਰੇ ਜਾਣਾ ਸੀ। ਚਲ ਉਹ ਆ ਗਿਆ। ਸਤਿ ਸ਼੍ਰੀ ਅਕਾਲ ਸਰਮਾਨ ਸਾਹਿਬ। ਸਤਿ ਸ਼੍ਰੀ ਅਕਾਲ। ਕਿਵੇਂ, ਕੀ ਕੰਮ ਸੀ? ਫੋਨ ਕੀਤਾ ਸੀ, ਮੈਂ ਲਹਿਰੇ ਜਾਣਾ ਸੀ ਯਾਰ। ਮੈਂ ਹੈ ਹੀ ਨਹੀਂ, ਮੈਂ ਤੈਨੂੰ ਡਿੱਕੀ ਜਾਂਦਾ ਸੀ। ਕੰਮ ਤਾਂ ਕੰਮ ਬਸ ਕਣ ਸਰਦੇ ਨੂੰ ਆਇਆ ਜੀ, ਮੈਂ ਜਮੀ ਉੱਪਰ ਦੀ ਹੋ ਰਿਹਾ ਜੀ ਕੰਮ। ਪਹਿਲਾਂ ਐਂ ਦੱਸ, ਚਾਹ ਲਿਆ? ਨਾ ਨਾ, ਚਾਹ ਨਹੀਂ ਪੀਣੀ ਜੀ ਮੈਂ। ਹਾਂ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕੋਈ ਨਾ, ਗੱਲਾਂ ਚਾਹੇ ਦੋ ਕਰ, ਹੁਣ ਤੇਰੀ ਗੱਲ ਸੁਣ ਕੇ ਜਾਵਾਂਗੇ। ਹੈ ਤਾਂ ਮੈਨੂੰ ਕਾਲੀ ਸੀ। ਨਹੀਂ, ਜਿਹੜਾ ਆਪਣਾ ਕਾਲਾ ਨਹੀਂ ਹੈਗਾ ਜੀ, ਆਪਣਾ ਟਰੱਕ ਡਰਾਈਵਰ। ਹਾਂ ਹਾਂ, ਉਹ ਤਾਂ ਹੈਗਾ ਬੰਦਾ ਵਧੀਆ। ਹਾਂ, ਜਦੋਂ ਉਹਦੇ ਟਰੱਕ ਤੇ ਵਗ ਜਾਂਦਾ ਉਹ। ਹਾਂ, ਉਦੋਂ ਬਾਅਦ ਉਹਦੀ ਘਰ ਵਾਲੀ ਨੇ ਗੰਦ ਪਾ ਰੱਖਿਆ। ਗੰਦ ਪਾ ਰੱਖਿਆ? ਕੀ ਕਹੀ ਇਹਨਾਂ ਤੋਂ? ਨਿਕਲਦੀ ਨੀ ਹੈਗਾ, ਕਦੇ ਦੇਖ ਲੈ ਮੈਂ ਉੱਥੇ ਹੁੰਦਾ, ਕਦੇ ਦੇਖ ਲਾ ਉੱਥੇ ਹੁੰਦਾ। ਪਰ ਮੈਂ ਕਦੇ ਇਹਦੇ ਸੋਚਿਆ ਨੀ ਸੀ ਕਾਲੇ ਨੂੰ ਇੰਨਾ ਧੋਖਾ ਦਊਗੀ ਉਹ। ਉਹ ਚੱਲ ਆਪਾਂ ਨੂੰ ਕੀ, ਅਗਲੇ ਦਾ ਘਰ ਬਾਰ ਆ, ਬਾਕੀ ਇਹੀ ਹੈ ਤਾਂ ਹੈ ਨਹੀਂ। ਨਾ ਕਦੇ ਮੈਂ ਕਿਸੇ ਤੋਂ ਹੋਰ ਸੁਣਿਆਗਾ, ਨਾ ਨਾ ਗੱਲ ਹੋ ਤਾਂ ਸਕਦੀ ਨਹੀਂ। ਘਰ ਬਾਰ ਬੇਸ਼ੱਕ ਹੈਗਾ, ਪਿੰਡ 'ਤੇ ਵੀ ਕੋਈ ਇੱਜ਼ਤ ਹੈ। ਕੱਲ੍ਹ ਨੂੰ ਕੋਈ ਨੀਕੀ ਗੱਲ ਹੋਊਗੀ, ਤੁਹਾਨੂੰ ਇਹ ਕਹਿਣਗੇ ਵੀ ਤੁਸੀਂ ਗੌਰ ਨਹੀਂ ਕਰੀ ਹੈਗੀ। ਮੈਂ ਤਾਂ ਆਇਆ ਵੀ ਤੁਹਾਡਾ ਹੱਕ ਬਣਦਾ ਪਿੰਡ ਦੇ ਸਰਪੰਚ ਹੋਣ ਦੇ ਨਾਂ 'ਤੇ। ਅੱਛਾ, ਹਾਂ ਵੀ ਉਹਨਾਂ ਦੇ ਘਰ ਜਾ ਕੇ ਆਓ, ਠੀਕ ਹੈ? ਉਦੋਂ ਪਹਿਲਾਂ ਕੋਈ ਹੋਰ ਗੱਲਬਾਤ ਹੋਵੇ ਕਿਸੇ ਦੇ, ਜਵਾਕਾਂ ਨੂੰ ਹੋਰ ਵਿਗਾੜੇ ਕਿਸੇ ਨੂੰ, ਵੀ ਉਹਨਾਂ ਨੂੰ ਪਹਿਲਾਂ ਸਮਝਾ ਦਿਓ। ਅੱਛਾ ਬਈ, ਮਤਲਬ ਕਿ ਆਪਣੇ ਪਿੰਡ ਦੇ ਮੁੰਡੇ ਆਉਂਦੇ ਨੇ? ਆਪਣੇ ਪਿੰਡ ਦੇ ਵੀ ਆਉਂਦੇ ਨੇ, ਬਾਹਰਲੇ ਵੀ ਆ ਜਾਂਦੇ ਨੇ ਕਈ ਵਾਰੀ। ਅੱਛਾ, ਬਾਹਰਲਾ ਤਾਂ ਯਾਰ ਕੰਮ ਗਲਤ ਹੈ, ਜਾਂ ਪਿੰਡ ਦਾ ਤਾਂ ਭਾਈਚਾਰਾ ਆਪਦਾ ਹੋ ਜਾਂਦਾ ਹਨਾ। ਹਾਂ, ਬਾਹਰਲਿਆਂ ਨੇ ਜ਼ਿਆਦਾ ਗੰਦ ਪਾ ਰੱਖਿਆ ਜੀ ਹੁਣ ਆਂਢ ਗੁਆਂਢ ਦੇ ਵੀ। ਮੈਂ ਯਾਰ ਕਿਸੇ ਤੋਂ ਹੋਰ ਸੁਣਿਆ ਨਹੀਂ, ਬਾਕੀ ਨਹੀਂ ਤਾਂ ਮੈਂ ਪਹਿਲਾਂ ਹੀ ਗੌਰ ਕਰ ਲੈਂਦਾ। ਹੁਣ ਤੂੰ ਦੱਸਤੀ, ਚੱਲ ਆਪਾਂ ਕੋਈ ਨਾ ਗੌਰ ਕਰਾਂਗੇ। ਸੁਣਿਆ ਤਾਂ ਐਂ ਜੀ, ਹੁਣ ਸਰਪੰਚ ਸਾਹਿਬ ਉਹ ਕਿਹੜਾ ਰੌਲਾ ਪਾਉਂਦੀ ਹੈ, ਚੁੱਪਕਾ ਅਗਲਾ ਜਾਂਦਾ ਮੋਟਰਸਾਈਕਲ ਅੰਦਰ ਲੈ ਜਾਂਦਾ। ਅੱਛਾ, ਹੁਣ ਇਹ ਗੱਲਾਂ ਦਾ ਕਿਹੜਾ ਐਂ ਪਤਾ ਹੁੰਦਾ? ਕਹਿੰਦਾ ਗਵਾਂਢੀਆਂ ਨੇ ਕੁਛ, ਮੈਂ ਦੇਖ ਲਾਂ ਗਵਾਂਢੀ ਜੀ ਵੀ ਰੌਲਾ ਪਾ ਦਿੰਦੇ ਨੇ, ਕਹਿੰਦੇ ਐਂ ਕਰਕੇ ਤੀਵੀਂ ਨੇ ਐਂ ਕਰਕੇ। ਯਾਰ ਜੱਸੀ ਕਿਵੇਂ ਆਉਂਦਾ? ਜੱਸੀ ਤਾਂ ਹੈ ਬੰਦਾ ਹੈ ਨਹੀਂ। ਸਰਪੰਚ ਸਾਹਿਬ ਤੁਹਾਨੂੰ ਪਤਾ ਹੈ ਕੌਣ ਜਵਾਬਦੇਹ ਕਰਦਾ ਇਹੋ ਜਿਹੇ ਕੰਮਾਂ ਨੂੰ, ਹੁਣ ਤੁਹਾਨੂੰ ਸੋਚਣਾ ਪਊ ਇਹਦੇ ਬਾਰੇ ਤਾਂ ਸਾਰਾ ਕੁਛ। ਕੋਈ ਨਾ, ਮੈਂ ਫਿਰ ਸੋਚਦਾ ਹੁਣ, ਮੈਨੂੰ ਲਹਿਰੇ ਕੰਮ ਸੀ ਕਚਹਿਰੀਆਂ 'ਚ ਥੋੜ੍ਹਾ ਜਿਹਾ, ਮੈਂ ਉੱਥੇ ਜਾਵਾਂ ਫਿਰ ਮੈਂ ਆ ਕੇ ਜਾ ਆਉਣਾ ਗਾ। ਹੋਰ ਕੀ ਆ? ਕੋਈ ਨਾ, ਲਹਿਰੇ ਤਾਂ ਜਾਇਆ ਜੀ, ਉੱਥੇ ਜ਼ਰੂਰੀ ਆ ਜਾਣਾ ਜੀ। ਕੋਈ ਨਾ, ਤੂੰ ਕਹਿੰਦਾ ਆਪਾਂ ਜਾਵਾਂ, ਤੂੰ ਵੀ ਆਪਣਾ ਖਾਸ ਬੰਦਾ ਹੁਣ, ਕਾਲਾ ਵੀ ਆਪਣਾ ਜਿਗਰੀ ਯਾਰ ਆ ਹਨਾ। ਹਾਂ, ਵਧੀਆ ਜੀ ਬੰਦਾ ਉਹ, ਐਵੇਂ ਧੋਖਾ ਦੇ ਜਾਂਦੀ ਆ ਵਿਚਾਰੇ ਨੂੰ ਮਗਰ ਮੂਹਰੋਂ, ਉਹਦੇ ਵਾਸਤੇ ਕਮਾ ਕਮਾ ਲਿਆਉਂਦੇ ਬਾਹਰੋਂ ਟਰੱਕਾਂ ਦਾ। ਕਾਲਾ ਤਾਂ ਗਿਆ ਹੋਇਆ ਟਰੱਕ ਤੇ ਹੁਣ ਹੈ ਨਹੀਂ ਘਰੇ, ਹੁਣ ਹੈ ਨਹੀਂ ਜੀ ਘਰੇ, ਗਿਆ ਹੋਇਆ ਟਰੱਕ ਤੇ ਆਉਣ ਵਾਲੀ ਹੈ ਬਸ। ਚਲੋ ਐਂ, ਉਹਦੇ ਸਾਹਮਣੇ ਔਖਾ ਵੀ ਹੋ ਜਾਂਦਾ ਅਗਲਾ, ਕਹਿੰਦਾ ਮੇਰੇ ਘਰ ਆਈ ਤੂੰ ਐਂ ਕਹਿਣਾ ਹਨਾ। ਹਾਂ ਹਾਂ, ਉਹਦੇ ਨਾਲ ਦੇਖਿਆ ਉਹਦਾ ਐਂ ਕਹੂਗਾ ਵੀ ਸੱਚੀ ਹੈ ਨਾ, ਹੁਣ ਇਹਨੇ ਕਿਹੜਾ ਚੀਜ਼ ਦੇਖੀ ਹੈ। ਨਹੀਂ, ਉਹ ਤਾਂ ਵਿਸ਼ਵਾਸ ਬਹੁਤ ਕਰਦਾ ਆਪਣੀ ਘਰ ਆਈ ਤੇ, ਮੈਂ ਪਹਿਲਾਂ ਵੀ ਕਈ ਵਾਰ ਗਿਆ ਉਹਦੇ ਘਰੇ, ਬਾਕੀ ਮੈਨੂੰ ਤਾਂ ਯਾਰ ਸਿਆਣੀ ਲੱਗਦੀ ਹੈਗੀ ਵੈਸੇ। ਉਹ ਸਿਆਣੀ ਤਾਂ ਲੋਕਾਂ ਦਾ ਕਹਿਣਾ ਉਹਦੇ ਹੁੰਦੀ ਹੈ ਜੀ ਹਰੇਕ। ਅੱਛਾ, ਅਸਲ ਉਦੋਂ ਪਤਾ ਲੱਗਦਾ। ਚੱਲ ਕੋਈ ਨਾ, ਮੈਂ ਜਾ ਆਉਣਾ ਫਿਰ, ਪੜਦੇ ਨਾਲ ਗੱਲ ਕਰੇ ਹੋਣਾ, ਸਮਝਾ ਆਵਾਂਗੇ ਪਿਆਰ ਨਾਲ। ਹੋਰ ਆਪਾਂ ਐਂ ਤਾਂ ਹੈ ਨਹੀਂ ਵੀ ਘੂਰ ਘੱਪਾਂਗੇ ਹਨਾ। ਨਾ ਨਾ, ਘੂਰ ਕਰਨਾ ਤਾਂ ਕਰੂੰਗਾ ਜੀ, ਪਿਆਰ ਨਾਲ ਗੱਲ ਕਰੇ ਜੇ ਚਾਰ, ਪਿਆਰ ਨਾਲ ਨਿਬੜ ਜੇ ਗੱਲ, ਵਧੀਆ ਗੱਲ ਹੁੰਦੀ ਹੈ ਜੀ। ਬੜਾ ਰੌਲਾ ਪਾਉਣ ਦੀ ਲੋੜ ਨਹੀਂ, ਇਹਦੇ ਨਾਲ ਵਿਚਾਰੇ ਕਾਲੀ ਦੀ ਇੱਜ਼ਤ ਖਰਾਬ ਹੋਊਗੀ। ਨਾ ਕੋਈ ਨਾ, ਮੈਂ ਜਾ ਆਉਣਾ ਫਿਰ। ਹਾਂ ਚੱਲ, ਦੱਸ ਚਾਹ ਲਿਆ? ਨਾ ਨਾ ਨਹੀਂ, ਬਸ ਮੈਂ ਚੱਲਦਾ ਫਿਰ। ਚੱਲ ਮੈਂ ਵੀ ਜਾਣਾ ਗਾ, ਤੁਸੀਂ ਜਾਇਓ ਫਿਰ, ਤਿਆਰ ਤੁਰ ਹੋ ਕੇ ਜਾਣਾ। ਉਹ ਕਾਲੇ, ਉਹ ਕਾਲੇ, ਹਾਂਜੀ ਆਇਓ ਭਾਈ ਉਰੇ। ਹੋਰ ਭਾਈ ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੈਠ ਜਾਓ। ਹੈ ਨਹੀਂ ਭਾਈ ਕਾਲਾ? ਨਹੀਂ, ਉਹ ਤਾਂ ਹੈ ਨਹੀਂ ਕਰੇ, ਉਹ ਤਾਂ ਗੇੜੇ 'ਤੇ ਗਏ ਹੋਇਆ। ਅੱਛਾ ਅੱਛਾ, ਕੋਈ ਨਾ ਬਹਿ ਜਾਓ ਭਾਈ, ਕੰਮ ਆਇਆ ਸੀ ਮੈਂ ਕਿਸੇ। ਹਾਂਜੀ, ਮੇਰੇ ਤੱਕ ਕੰਮ ਸੀ? ਹਾਂ ਭਾਈ, ਤੁਹਾਡੇ ਤੱਕ ਹੀ ਕੰਮ ਸੀ।
ਹਾਂਜੀ ਦੱਸੋ। ਹੁਣ ਭਾਈ ਮੈਨੂੰ ਐਂ ਲੱਗਦਾ ਮੈਂ ਕਿਵੇਂ ਜੇ ਕਹਾਂ, ਕੋਈ ਗੱਲ ਸੀ, ਗੁੱਸਾ ਤਾਂ ਦੇਖੋ ਮੰਨਿਓ ਨਾ, ਹੁਣ ਐਂ ਸਰਪੰਚ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਹਿਣ ਦਾ। ਨਹੀਂ ਇਹਨਾਂ ਨੇ ਤਾਂ ਨਹੀਂ ਕੁਛ ਕੀਤਾ। ਨਹੀਂ ਨਹੀਂ ਇਹਦੀ ਗੱਲ ਨਹੀਂ, ਉਹ ਤਾਂ ਗੱਲ ਤਾਂ ਤੁਹਾਡੀ ਹੈਗੀ। ਹਾਂਜੀ ਚਲੋ ਗੱਲ ਹੁਣ ਦੱਸਣੀ ਪਊ। ਗੱਲ ਇਸ ਤਰ੍ਹਾਂ, ਦੇਖੋ ਪਿੰਡ 'ਚੋਂ ਬੰਦੇ ਮੇਰੇ ਕੋਲ ਆਏ ਸੀ ਲਾਂਬਾ ਲੈ ਕੇ। ਲਾਂਬਾ ਲੈ ਕੇ? ਕਿਹਦਾ ਲਾਂਬਾ? ਬਸ ਤੁਹਾਡੇ ਬਾਰੀ ਸੀ ਵੀ ਭਾਈ ਕਾਲੇ ਦੀ ਘਰ ਆਈ ਦੇ ਘਰੇ ਗੈਰ ਬੰਦੇ ਆਉਂਦੇ ਨੇ ਬਾਹਰੋਂ। ਹੁਣ ਮੈਨੂੰ ਤਾਂ ਦੇਖੋ ਕਹਿਣਾ ਪਊਗਾ, ਗੁੱਸਾ ਮੰਨਿਓ ਨਾ ਬਈ, ਉਹ ਕਹਿੰਦੇ ਕੋਈ ਗਲਤ ਕੰਮ ਕਾਰ ਚੱਲਦਾ ਵੀ ਸਾਡੀਆਂ ਵੀ ਧੀਆਂ ਭੈਣਾਂ ਹਨਾ ਸਾਡੇ ਵਿਹੜੇ 'ਚ ਰਾਤ ਨੂੰ ਮੋਟਰਸਾਈਕਲਾਂ 'ਤੇ ਬੰਦੇ ਆਉਂਦੇ ਨੇ ਦਿਨੇ ਆਉਂਦੇ ਨੇ ਹਨਾ, ਬਈ ਗਲਤ ਕੋਈ ਕੰਮ ਚੱਲਦਾ ਗਾ, ਬਈ ਇਹ ਭਾਈ ਕੰਮ ਚੰਗਾ ਨਹੀਂ ਹੁੰਦਾ। ਦੇਖੋ ਸਾਰੇ ਪਿੰਡ ਦੀ ਬਦਨਾਮੀ ਹੁੰਦੀ ਹੈ, ਦੇਖੋ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹਨਾ, ਆਪਾਂ ਸਭ ਦੀ ਇੱਜ਼ਤ ਕਰਦੇ ਹਾਂ, ਤੁਹਾਡੀ ਵੀ ਇੱਜ਼ਤ ਕਰ ਦਿਆਂਗੇ। ਤੁਸੀਂ ਮੇਰੀ ਤਾਂ ਗੱਲ ਸੁਣ ਲਓ, ਮੈਨੂੰ ਤੁਸੀਂ ਕਹਿਣ ਲੱਗ ਗਏ, ਕਹਿ ਕਿਹਾ ਕੀ ਨਹੀਂ ਆਏ, ਜਦ ਇੱਦਾਂ ਦੀ ਕੋਈ ਗੱਲ ਹੈ ਹੀ ਨਹੀਂ ਕਿ ਫਿਰ ਮੈਂ ਕਿੱਦਾਂ ਤੁਸੀਂ ਮੈਨੂੰ ਬੋਲੀ ਜਾ ਰਹੇ ਹੋ। ਭਾਈ ਉਈ ਤਾਂ ਦੇਖੋ ਕੋਈ ਕਾਨੂੰ ਕਹਿੰਦਾ ਕਿਸੇ ਬੰਦੇ ਨੇ ਲਾਂਭਾ ਦਿੱਤਾ ਸੀ ਆ ਕੇ ਮੇਰੇ ਕੋਲੇ। ਨਹੀਂ ਕੀ ਨੇ ਲਾਂਭਾ ਦਿੱਤਾ, ਉਹਦੇ ਕੋਲ ਕੋਈ ਪ੍ਰੂਫ ਹੈਗਾ? ਪ੍ਰੂਫ ਤਾਂ ਭਾਈ ਕੋਈ ਪਤਾ ਨਹੀਂ, ਮੈਂ ਤਾਂ ਬਸ ਤੁਹਾਡੇ ਨਾਲ ਵੈਸੀ ਗੱਲ ਕਰਨ ਆਇਆ ਬਈ ਇਹੋ ਜਿਹਾ ਭਾਈ ਕੰਮ ਕਰ ਦਿਓ, ਇਹ 'ਚ ਕੋਈ ਫਾਇਦਾ ਨਹੀਂ ਹੁੰਦਾ। ਦੇਖੋ ਸਭ ਦੀ ਬਦਨਾਮੀ ਹੁੰਦੀ ਹੈ, ਛੱਡ ਦਿਓ ਤੁਸੀਂ, ਆਪਾਂ ਕਿਸੇ ਦਾ ਨਾਮ ਕਾਹਨੂੰ ਲੈਣਾ। ਤੁਸੀਂ ਫੇਰ ਉਹੀ ਗੱਲਾਂ ਕਰੀ ਜਾਂਦੇ ਹੋ। ਮੈਂ ਤਾਂ ਪਿਆਰ ਨਾਲ ਸਮਝਾਉਣ ਆਈ, ਮੈਂ ਕਿਹੜਾ ਕੋਈ ਲੜਨ ਆਇਆ ਤੁਹਾਨੂੰ ਜਾਂ ਤੁਹਾਡੇ ਤੇ ਪੰਚਾਇਤ ਇਕੱਠੀ ਕਰਨ। ਪਿਆਰ ਨਾਲ ਸਮਝਾਉਣ ਵਾਲੀ ਗੱਲ ਹੀ ਨਹੀਂ। ਹੁਣ ਦੇਖੋ ਮੇਰਾ ਘਰ ਵਾਲਾ ਕਿਹੜਾ ਅੱਜ ਪਹਿਲੀ ਵਾਰ ਗਿਆ, ਪਹਿਲਾਂ ਵੀ ਜਾਂਦਾ ਸੀ, ਨਾਲੇ ਸਾਰੇ ਬੰਦੇ ਜਾਂਦੇ ਨੇ ਜਿਹੜੇ ਜਿੰਨੇ ਵੀ ਡਰਾਈਵਰ ਹੁੰਦੇ, ਫਿਰ ਕਿ ਸਾਰੇ ਘਰ ਵਾਲੀਆਂ ਇਦਾਂ ਦੀਆਂ ਹੋ ਗਈਆਂ? ਇਹ ਤਾਂ ਲੋਕ ਜਾਣ ਕੇ ਬਦਨਾਮ ਕਰਦੇ ਨੇ। ਪਹਿਲਾਂ ਕਦੇ ਤੁਹਾਨੂੰ ਲਾਂਭਾ ਆਇਆ ਮੇਰਾ? ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਦੱਸੋ ਵੀ ਤੁਹਾਨੂੰ ਕਿਹਾ ਕਿਹਨੇ ਆ? ਨਹੀਂ ਦੇਖੋ ਉਹ ਤਾਂ ਚਲੋ ਮੈਂ ਦੱਸ ਦਿੰਦਾ ਸਾਰਾ, ਮੈਂ ਵੀ ਇਹੀ ਕਿਹਾ ਸੀ, ਮੈਂ ਕਿਹਾ ਵੀ ਕਾਲੇ ਨਾ ਆਪਾਂ ਪੁਰਾਣਾ ਵਰਤਦੇ, ਉਹਦੀ ਘਰ ਵਾਲੀ ਬਾਰੇ ਵੀ ਪਤਾ ਆਪਾਂ ਨੂੰ, ਪਹਿਲਾਂ ਕਦੇ ਇਹੀ ਜੀ ਗੱਲ ਸੁਣੀ ਨਹੀਂ ਹੈਗੀ। ਨਹੀਂ ਸਰਪੰਚ ਸਾਹਿਬ, ਵੈਸੇ ਤੁਹਾਡੇ ਲਈ ਤਾਂ ਗਲਤ ਗੱਲ ਆ, ਤੁਹਾਨੂੰ ਦੋਨੇ ਪਾਸੇ ਦੀ ਗੱਲ ਸੁਣਨੀ ਚਾਹੀਦੀ ਸੀ। ਤੁਸੀਂ ਆਣ ਸਾਰ ਮੈਨੂੰ ਇੰਨੀ ਵੱਡੀ ਗੱਲ ਕਹਿਤੀ, ਮੇਰੇ ਤੇ ਕੀ ਬੀਤੂ ਕਿ ਮੈਂ ਆਪਣੀ ਜਗ੍ਹਾ ਤੇ ਸਹੀ ਆ? ਭਾਈ ਮੈਂ ਤੁਹਾਡੇ ਤੇ ਦੋਸ਼ ਨਹੀਂ ਲਾਇਆ, ਮੈਨੂੰ ਤਾਂ ਕੋਈ ਬੰਦਾ ਕਹਿ ਕੇ ਗਿਆ, ਉਹੀ ਮੈਂ ਤੁਹਾਡੇ ਵਾਸਤੇ ਉਹ ਕਰਨ ਆਇਆਗਾ ਬਈ ਗੱਲ ਸਹੀ ਆ ਜਾਂ ਨਹੀਂ। ਇਹ ਇਦਾਂ ਦਾ ਤੁਸੀਂ ਸਰਪੰਚ ਹੋ, ਹੁਣ ਤੁਹਾਡੇ ਬਾਰੇ ਲੋਕ ਬਹੁਤ ਕੁਝ ਕਹਿੰਦੇ ਨੇ, ਅਸੀਂ ਵੀ ਤੁਹਾਡੇ ਕੋਲ ਇਦਾਂ ਆ ਜਾਇਆ ਕਰੀਏ? ਨਹੀਂ ਹੁਣ ਮੈਨੂੰ ਐਂ ਦੱਸੋ ਕਿਹਾ ਕਿਹਨੇ ਆ? ਮੇਰੀ ਗੱਲ ਸੁਣੋ, ਮੈਂ ਭਾਈ ਪਿਆਰ ਨਾਲ ਗੱਲ ਕਰਾਂ, ਮੈਂ ਕੋਈ ਲੜਨ ਨਹੀਂ ਆਇਆ ਜਾਂ ਲਾਂਭਾ ਨਹੀਂ ਦੇਣ ਆਇਆ, ਮੈਂ ਤਾਂ ਬਸ ਸਮਝਾਉਣ ਆਇਆ ਸੀ। ਬਾਕੀ ਉਹ ਗੱਲ ਪਤਾ ਨਹੀਂ ਵੀ ਸੱਚਾ ਜਾਂ ਨਹੀਂ ਸੱਚਾ, ਉਹੀ ਮੈਂ ਤੁਹਾਨੂੰ ਪੁੱਛਣਾ ਆ। ਉਹ ਗੱਗਾ ਨਹੀਂ ਹੈਗਾ ਤੁਹਾਡੇ ਉਹ ਆਪਣੇ ਘਰਾਂ 'ਚੋਂ, ਆਪਾਂ ਇੱਧਰ ਨਾਲ ਆ ਉਹ ਗੱਗਾ, ਉਹ ਛੋਟਾ ਜਿਹਾ? ਹਾਂ ਹਾਂ, ਉਹਨੇ ਇਹ ਗੱਲ ਕਹੀ ਸੀ, ਕਹਿੰਦਾ ਭਾਈ ਸਾਡੀਆਂ ਧੀਆਂ ਭੈਣਾਂ ਨੇ ਕੋਲੇ ਹਨਾ ਵੀ ਉਹ ਐਂ ਕੰਮ ਕਰਦਾ, ਉਹ ਕਹਿੰਦਾ ਜੀ ਆਪਣਾ ਗੁਆਂਢੀਆਂ ਦਾ ਇੱਧਰੋਂ ਜੱਸੀ ਆਗਾ ਸੰਧੂਆਂ ਦਾ, ਹਾਂਜੀ ਬਈ ਉਹ ਵੀ ਆਉਂਦਾ ਗਾ ਘਰੇ। ਉਹ ਤਾਂ ਜੀ ਮੇਰੇ ਭਰਾ ਮਾਰਗਾ, ਨਾਲੇ ਉਹਨਾਂ ਉਹਨੂੰ ਤਾਂ ਹਨਾ ਇਹੀ ਕਹਿ ਕੇ ਗਏ ਨੇਗੇ ਵੀ ਹਾਂ ਮਗਰ ਦੀ ਆ ਕੇ, ਨਾਲੇ ਕੋਈ ਬੰਦਾ ਇੰਨਾ ਮਾੜਾ ਨਹੀਂ ਹੁੰਦਾ ਵੀ ਆਪਦੇ ਘਰੇ ਮਗਰੋਂ ਇਹ ਲੱਲੂ ਪੰਜ ਬੰਦਿਆਂ ਨੂੰ ਤੋਰੀ ਰੱਖੂਗਾ, ਠੀਕ ਆ? ਉਹਨੂੰ ਮੈਂ ਆਪਣਾ ਵੀਰਾ ਸਮਝਦੀ ਹਾਂ, ਭਰਾ ਕਹਿੰਦੀ ਹਾਂ, ਉਹ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ। ਨਾਲੇ ਰਹੀ ਗੱਲ ਗੱਗੇ ਦੀ, ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀਗਾ ਵੀ ਇਹ ਤੁਹਾਡੇ ਕੰਨ ਨਾ ਉਹਨੇ ਭਰੇ ਹੋਣਗੇ, ਉਹ ਇੱਕ ਨੰਬਰ ਦਾ। ਇੱਕ ਗੱਲ ਸਮਝ ਨਹੀਂ ਆਉਂਦੀ, ਉਹ ਬੰਦਾ ਐ ਕਿਉਂ ਕਹਿੰਦਾ, ਉਹਦੀ ਕੀ ਦੁਸ਼ਮਣੀ ਆ ਤੁਹਾਡੇ ਨਾਲ? ਦੁਸ਼ਮਣੀ ਉਹਦੀ ਮੇਰੇ ਨਾਲ ਹੈਗੀ ਆ। ਦੁਸ਼ਮਣੀ ਹੈਗੀ ਆ? ਹਾਂ, ਕਿਵੇਂ ਹੈਗੀ ਆ? ਚਲੋ ਮੈਂ ਗੱਲ ਸਮਝਾਓ, ਕਹਾਣੀ ਕੀ ਆ ਇਹ, ਕੀ ਚੱਲ ਰਿਹਾ ਇੱਥੇ, ਮੈਨੂੰ ਸਾਰੀ ਗੱਲ ਦੱਸੋ। ਹੁਣ ਤਾਂ ਮੈਨੂੰ ਦੱਸਣਾ ਹੀ ਪੈਣਾ, ਪਹਿਲਾਂ ਤਾਂ ਮੈਂ ਕੋਈ ਗੱਲ ਦੱਸੀ ਨਹੀਂ, ਹੁਣ ਜਦ ਤੁਸੀਂ ਆਪਣੇ ਮੂਹਰੋਂ ਹੀ ਤੁਸੀਂ ਆਪ ਆ ਗਏ ਮੇਰੇ ਨਾਲ ਗੱਲ ਕਰਨ, ਫਿਰ ਤਾਂ ਮੈਨੂੰ ਦੱਸਣੀ ਪੈਣੀ, ਮੈਂ ਆਪਣੀ ਬਦਨਾਮੀ ਤੋਂ ਨਹੀਂ ਕਰਾਂਗੀ। ਨਾ ਨਾ ਦੱਸੋ, ਤਾਂ ਹੀ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ। ਸਮਝਾਓ ਮੈਨੂੰ ਸਾਰੀ ਗੱਲ, ਕੀ ਗੱਲਬਾਤ ਆ? ਗੱਲ ਸਾਰੀ ਐ ਆ, ਰਾਣੀ ਇਹ ਰਾਣੀ ਚਾਹ ਲਿਆ? ਆਈਏ ਨਹੀਂ ਹੈਗੀ ਅਜੇ ਤੱਕ, ਬਹੁਤ ਟਾਈਮ ਲਾਤਾ, ਇੱਧਰੋਂ ਗੱਡੀ ਲੇਟ ਹੋ ਜਾਂਦੀ ਹੈ। ਕੀ ਹੋ ਗਿਆ ਰੌਲਾ ਪੈ, ਜਦ ਇੱਕ ਵਾਰੀ ਹਾਕ ਮਾਰਤੀ ਠੀਕ ਹੁੰਦੀ ਆ, ਬਾਰ ਬਾਰ ਹਾਕਾਂ ਹੀ ਮਾਰੀ ਜਾਂਦੇ ਹੋ। ਤੈਨੂੰ ਤਾਂ ਹਾਕਾਂ ਲੱਗਦੀਆਂ ਨੇ, ਅੱਗੇ ਗੱਡੀ ਭਰਨੀ ਇਸ ਨਾਮ ਤੋਂ ਅਗਲੇ ਫੋਨ ਕਰੀ ਜਾਂਦੇ ਨੇ। ਅੱਛਾ ਹੁਣ ਜਾਣਾ ਤੁਸੀਂ? ਹੋਰ ਕਦੋਂ ਤੱਕ ਮੁੜ ਕੇ ਆਉਂਗੇ?
ਕਦੋਂ ਤਾਂ ਲੱਗ ਜੂਗਾ ਹਫ਼ਤਾ ਇੱਥੇ ਬੰਬੇ ਖਾਲੀ ਕਰਨੀ ਹੈ, ਫਿਰ ਉੱਥੋਂ ਭਰ ਕੇ ਲਿਆਉਂਗਾ। ਲੈ ਤੁਸੀਂ ਤਾਂ ਰੋਜ਼ ਗੇੜੇ 'ਤੇ ਚਲੇ ਜਾਂਦੇ ਹੋ, ਮੈਂ ਘਰੇ ਇਕੱਲੀ ਰਹਿੰਦੀ, ਮੇਰਾ ਘਰੇ ਜੀ ਨਹੀਂ ਲੱਗਦਾ। ਆਹ ਹੁਣ ਤਾਂ ਮੇਰੀ ਤਬੀਅਤ ਵੀ ਨਹੀਂ ਠੀਕ ਹੈਗੀ, ਬਿਮਾਰ ਹੋਈ ਪਈ ਹਾਂ। ਆਹ ਡੰਗਰਾਂ ਦਾ ਕੰਮ ਕੌਣ ਕਰੂਗਾ? ਉਹ ਇਹ ਤਾਂ ਮੈਂ ਵੀ ਸਮਝਦਾ, ਪਰ ਮਜਬੂਰੀਆਂ ਨੇ ਕਰਦੀਆਂ। ਹੁਣ ਮਜਬੂਰੀ, ਫਿਰ ਜਾਂ ਤਾਂ ਕਿਸੇ ਨੂੰ ਕਹਿ ਕੇ ਜਾਓ ਵੀ ਕੋਈ ਇੱਧਰ ਡੰਗਰਾਂ ਡੁੰਗਰਾਂ ਦਾ ਕਰਾ ਜੂਗਾ, ਮੇਥੋਂ ਨਹੀਂ ਹੁੰਦਾ ਹੈਗਾ। ਮੇਰਾ ਤਾਂ ਆਪ ਸਰੀਰ ਵਾਲਾ ਦੁਖੀ ਜਾਂਦਾ, ਬੁਖਾਰ ਚੜਿਆ ਪਿਆ। ਡੰਗਰਾਂ ਦੀ ਕਾਹਨੂੰ ਟੈਨਸ਼ਨ ਲੈ ਰਹੀ, ਡੰਗਰਾਂ ਦੀ ਤਾਂ ਮੈਂ ਜੱਸੀ ਨੂੰ ਕਹਿ ਦੂੰ, ਉਹ ਕਰ ਦੂ। ਅੱਛਾ ਕਰ ਦਿਆ ਕਰੂਗਾ, ਉਹ ਕਰ ਦਿਆ ਕਰੂਗਾ, ਆਥਣੇ ਤੜਕੀ ਉਹ ਮਾਰ ਜਾ ਕਰੂਗਾ ਕਿਹੜਾ। ਬਸ ਠੀਕ ਹੈ, ਰੋਟੀ ਖਾ ਕੇ ਜਾਊਂਗੇ ਕਿ ਨਾ? ਨਾ ਰੋਟੀ ਤਾਂ ਕਿਹੜੀ, ਬਸ ਉਹ ਤਾਂ ਰਸਤੇ 'ਚ ਖਾ ਲੂੰਗਾ, ਫਿਰ ਨੀਂਦ ਨੂੰ ਆ ਜਾਣ ਲੱਗ ਜਾਂਦੀ ਰੋਟੀ ਨਾਲ। ਹਾਂ ਚਾਹੇ ਬਸ ਪੀ ਕੇ ਮੈਂ ਤੁਰਦਾ। ਫਿਰ ਵੀ ਹਫ਼ਤਾ ਨਾ ਲਾ ਕੇ ਆਇਓ, ਟਾਈਮ ਨਾਲ ਮੁੜੇ ਆਇਓ, ਦੋ ਕੁ ਦਿਨ ਤੱਕ। ਮੇਰੇ ਤਾਂ ਇਹ ਜੀ ਕਰਦਾ ਜਾਂਦੀ ਮੁੜਿਆ ਵਾਂ, ਉੱਥੇ ਅੱਗੇ ਖਾਲੀ ਹੋਣ ਦਾ ਚੱਕਰ ਹੁੰਦਾ ਹੈ, ਅੱਗੇ ਫੈਕਟਰੀਆਂ 'ਚ ਕਹਿੰਦੇ ਹੁੰਦੇ ਨੇ ਕਦੇ ਉਰੇ ਤਾਰ ਦੇ ਮਾਲ ਉਰੇ ਤਾਰ ਦੇ। ਸਹੀ ਗੱਲ ਆ ਜੀ, ਹੈ ਨਾ, ਊਂ ਲੋਕ ਤੇ ਡਰਾਈਵਰਾਂ ਨੂੰ ਗਾਲਾਂ ਕੱਢਦੇ ਆ, ਪਰ ਆਪਾਂ ਨੂੰ ਪਤਾ ਤੁਸੀਂ ਕਿਵੇਂ ਕੰਮ ਕਰਦੇ ਹੋ, ਦਿਨ ਰਾਤ ਤੁਸੀਂ ਇੱਕ ਕਰ ਦਿੰਦੇ ਹੋ ਕੰਮ ਕਰਨ ਨੂੰ। ਹੋਰ ਕਰਦੇ ਤਾਂ ਹੈਗੇ ਨੇ, ਬਸ ਹੁਣ ਪੰਜ ਚਾਰ ਦਿਨ ਵੀ ਤਿਰ ਲਵੇ ਤਾਂ ਲਾ ਗਿਆ। ਮੋਦੀ ਨੇ ਨੀ ਹੜਤਾਲ ਜੀ ਕਰਤੀ ਤੀ, ਹੋਰ ਉਹਨੇ ਕਹਿੰਦਾ 10 ਲੱਖ ਰੁਪਇਆ ਜੁਰਮਾਨਾ, 5 ਸਾਲ ਦੀ ਸਜ਼ਾ। ਵੀ ਜੀ ਸਾਡੇ ਲਵੇ 10 ਲੱਖ ਰੁਪਇਆ ਹੋਵੇ, ਅਸੀਂ ਕਰੀ ਨਾ ਬਹਿ ਕੇ ਖਾ ਲਈਏ ਉਸੇ ਨੂੰ। ਸਹੀ ਗੱਲ ਆ, ਇਹ ਮੋਦੀ ਨੂੰ ਕੀ ਕਵਾਂ ਹੁਣ, ਕੁਛ ਕਹਿ ਵੀ ਨਹੀਂ ਸਕਦੇ ਹੈਗੇ। ਚਲੋ ਕੋਈ ਨਹੀਂ, ਤੁਸੀਂ ਹੁਣ ਧਿਆਨ ਨਾਲ ਜਾਇਓ, ਪਰ ਆਜ ਨਾਲ ਆਪਣੀ ਸਿਹਤ ਦਾ ਥੋੜ੍ਹਾ ਧਿਆਨ ਰੱਖਿਆ ਕਰੋ। ਰੋਟੀ ਪਾਣੀ ਬਹੁਤ ਘੱਟ ਖਾਂਦੇ ਹੋ ਤੁਸੀਂ ਹੁਣ, ਬਾਹਰ ਪਤਾ ਨਹੀਂ ਕਿਹੋ ਜਿਹੀ ਰੋਟੀ, ਡਰਾਈਵਰਾਂ ਦਾ ਤਾਂ ਮੈਂ ਕਹਿੰਦੀ ਬਾਹਲਾ ਹੀ ਔਖਾ, ਪਤਾ ਨਹੀਂ ਵਿਚਾਰੇ ਰੋਟੀ ਖਾਂਦੇ ਆ ਕਿ ਨਹੀਂ ਖਾਂਦੇ। ਉਹ ਐਂ ਹੋ ਜਾਂਦਾ ਫਿਰ, ਸਰਦਾ ਨਹੀਂ ਤਾਂ ਰੋਟੀ ਜ਼ਿਆਦਾ ਖਾ ਲਈ ਨੀਂਦ ਆਉਣ ਲੱਗ ਜਾਂਦੀ ਗੱਡੀ ਦੇ, ਬਸ ਇੱਕ ਨਦੀ ਖਾ ਕੇ ਤੋਰ ਲੈਂਦੇ ਹਾਂ, ਚਾਰ ਦੀ ਜਾਂਦੇ ਹਾਂ। ਰੋਟੀ ਖਾ ਕੇ ਚੱਲ ਜਿਓ ਤੁਸੀਂ, ਖਾ ਕੇ ਦਾ ਟਾਈਮ ਲੱਗ ਜੂਗਾ। ਚਲੋ ਫਿਰ ਮੈਂ ਥੋੜੇ ਕੱਪੜੇ ਪਾ ਦਾਂ ਲਿਫਾਫੇ 'ਚ, ਉਹਨੂੰ ਨਾਲੇ ਕਹਿ ਕੇ ਚੱਲ ਜਿਓ ਜੱਸੀ ਨੂੰ। ਉਹ ਤਾਂ ਮੈਂ ਜਾਣਾ, ਹੋਰ ਕਿਤੇ ਆਵੇ ਨਾ, ਡੰਗਰ ਵੀ ਭੁੱਖੇ ਮਰ ਜਾਣਗੇ। ਮੈਂ ਹੁਣੀ ਕਹਿ ਜਾਣਾ। ਜੱਸੀ ਵੀ ਨਹੀਂ ਮਿਲਿਆ, ਦੇਖਦਾ ਜੀ ਰਾਹ 'ਚ ਮਿਲਿਆ ਜਰਾ। ਕਿਉਂ ਕਾਲੇ? ਹੋਰ ਬਾਈ ਜੱਸੀ ਚੱਲ ਪਿਆ? ਹਾਂ ਬਾਈ, ਹੋਰ ਦੇਖਦੇ ਮਹਾਂ ਬੱਸ ਉਸ ਅੱਡੇ 'ਤੇ। ਕਿੱਧਰ ਦਾ ਰੂਟ ਭਰ ਲੈਂਦੀ ਫਿਰ? ਇਹ ਤੂੰ ਸੁਨਾਮ ਤੋਂ ਭਰਿਆ ਯਾਰ ਬੰਬੇ ਦਾ। ਅੱਛਾ, ਹੋਰ ਚੱਲ ਦੇਖ ਕੇ ਵਗ ਜਾ, ਤੁਹਾਨੂੰ ਤਾਂ ਬਹੁਤ ਹੈਗੀ। ਹਾਂ ਹੈ ਤਾਂ ਕਈ ਵਗ ਜਾਓ, ਉਹ ਤੇਰੀ ਭਰਜਾਈ ਬਿਮਾਰ ਜੀ ਰਹਿੰਦੀ ਹੈ ਮੜੀ ਜੀ, ਸੰਨੀ ਸੁੰਨੀ ਛਿੜਕਿਆ ਕਰੀ। ਨਾ ਕੋਈ ਗੱਲ ਨਹੀਂ, ਜਾ ਆਉਣਾ ਮੈਂ, ਜਾ ਕਰ ਚੰਗਾ ਬਾਈ। ਹਾਂ ਹੋਰ ਕੰਮ ਕਰ ਕਰਿਆ, ਚੱਲ ਠੀਕ ਆ, ਲੰਘ ਗਿਆ ਫਿਰ ਬੱਸ ਦਾ ਟਾਈਮ ਹੋ ਰਿਹਾ ਤੇਰਾ। ਚੱਲ ਬਾਕੀ ਕੰਮ ਤਾਂ ਨਿਬੜੇ, ਆਹ ਸਿੱਟ ਕੇ ਮੁੜ ਕੇ ਘੁੱਟ ਚਾਹ ਦੀ ਪੀਊਂਗੀ, ਕੰਮ ਨਹੀਂ ਨਿਬੜਦਾ। ਉਹ ਕੀ ਹਾਲ ਹੈ ਸੋਹਣੇ? ਉਹ ਤੈਨੂੰ ਅਕਲ ਉਕਲ ਨਹੀਂ ਹੈਗੀ, ਇਹ ਕੀ ਕਰਦਾ ਹੱਥ ਕਾਹਦਾ ਫੜਿਆ ਤੂੰ ਮੇਰਾ? ਤੈਨੂੰ ਪਸੰਦ ਕਰਦੇ ਸੀ। ਕੀ ਮਤਲਬ ਹੈ ਤੇਰਾ ਪਸੰਦ ਕਰਦਾ? ਓਏ ਹੋਰ, ਤੇਰਾ ਡਰਾਈਵਰ ਤਾਂ ਸਾਰਾ ਦਿਨ ਰਹਿੰਦਾ ਬਾਹਰ, ਫਿਰ ਮੈਂ ਤਾਂ ਘਰੇ ਰਹਿੰਦੀ ਹਾਂ। ਤਾਂ ਹੀ ਕਹਿਣਾ ਤੂੰ ਮੇਰੇ ਨਾਲ ਯਾਰੀ ਲਾ ਲੈ, ਖੁਸ਼ ਰੱਖੂਗਾ, ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦਾ ਤੈਨੂੰ। ਮੈਥੋਂ ਨਾ ਕਿਤੇ ਤੂੰ ਚਾਂਡੇ ਚੂੰਡੇ ਨਾ ਖਾ ਲਈ, ਆਪਦਾ ਕੰਮ ਕਰ ਜਾ ਕੇ। ਤੂੰ ਵੀ ਕਬੀਲਦਾਰ ਆ, ਮੈਂ ਵੀ ਕਬੀਲਦਾਰੀ 'ਚ ਆ, ਮੈਂ ਤਾਂ ਫਾਲਤੂ ਬਕਵਾਸ ਕਰਨ ਦੀ ਲੋੜ ਨਹੀਂ ਹੈਗੀ। ਉਹ ਤੂੰ ਮੇਰੀ ਗੱਲ ਮੰਨ ਲੈ, ਵਧੀਆ ਰਹੇਗੀ। ਉਹਦਾ ਕੀ, ਉਹਦਾ ਘਰੇ ਦਾ ਬੜਦਾ ਨਹੀਂ। ਬੜੇ ਚਾਹੇ ਨਾ ਬੜੇ, ਮੇਰਾ ਘਰ ਵਾਲਾ, ਮੈਂ ਉਹਦੇ ਨਾਲ ਖੁਸ਼ ਹਾਂ। ਤੂੰ ਆਪਦਾ ਕੰਮ ਕਰ ਜਾ ਕੇ, ਨਾਲੇ ਅੱਜ ਤਾਂ ਮੈਨੂੰ ਫੜਨ ਦੀ ਕੋਸ਼ਿਸ਼ ਕਰ ਲਈ, ਅੱਗੇ ਤਾਂ ਜੇ ਮੈਨੂੰ ਹੱਥ ਵੀ ਲਾਇਆ ਨਾ। ਤੂੰ ਬਹੁਤ ਕਰਦੀ ਹੈ, ਹੱਥ ਪਰੇ ਕਰ, ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੀ, ਤੈਨੂੰ ਕੋਈ ਕੰਮ ਕੁੰਮ ਨਹੀਂ ਹੈਗਾ, ਆਪਦੀ ਘਰ ਵਾਲੀ ਸਾਂਭ ਜਾ ਕੇ ਘਰੇ। ਉਹ ਚੱਲ ਕੋਈ ਨਾ, ਸੋਚ ਲਈ। ਮੈਂ ਨਹੀਂ ਸੋਚਣਾ, ਤੂੰ ਚੱਲ ਜਾ ਚੁੱਪ ਕਰਕੇ, ਕਿਤੇ ਮੇਰੇ ਤੋਂ ਹੱਥ ਤਸਲਾ ਹੀ ਲਾ ਖਾਲੀ, ਫਿਰ ਮੈਂ ਹੀ ਸਿੱਟੂਗੀ। ਫਿਰਦੀ ਨੂੰ ਤਾਂ ਮੈਂ ਤਾਂ ਐਂ ਹੀ ਆ, ਚੱਲ ਜਾ ਚੁੱਪ ਕਰਕੇ, ਨਹੀਂ ਮੈਂ ਤਸਲਾ ਹੀ ਮਾਰੂੰਗੀ, ਵਗ ਜਾ। ਉਹ ਕੋਈ ਨਹੀਂ, ਜਾਣਾ ਕਿ ਨਹੀਂ ਜਾਣਾ ਤੂੰ? ਉਹ ਮੈਂ ਵਗ ਜਾਣਾ ਹੁਣ ਤਾਂ, ਫਿਰ ਆਊਂਗਾ। ਚੱਲ ਸੋਚ ਕੇ ਦੱਸ। ਮੈਂ ਤੈਨੂੰ ਕਿਹਾ ਨਹੀਂ, ਮੇਰੇ ਤਾਂ ਹੁਣ ਵੀ ਨਾ ਵਾ, ਆਉਣ ਵਾਲੇ ਟਾਈਮ 'ਚ ਵੀ ਨਾ ਹੋਊਗੀ। ਹਾਂ ਤਾਂ ਅਸੀਂ ਕਰਾਉਣ ਜਾਣਦੇ ਹਾਂ। ਤੂੰ ਚੱਲ ਜਾ ਕਿਤੇ, ਤੂੰ ਮੇਰੇ ਤੋਂ ਤਸਲੇ ਨਾ ਖਾ ਲਈ, ਜਲੂਸ ਨਾ ਕੱਢ, ਲੋਕ ਦੇਖਦੇ ਨੇ। ਉਹ ਕੋਈ ਨਾ ਕੋਈ ਨਾ,
ਦੇਖ ਲਾਂਗੇ ਤੈਨੂੰ ਵੀ ਵੱਡੀ ਤੂੰ ਬਾਗ ਜਾ ਮੈਂ ਤੈਨੂੰ ਕਹੀ ਜਾਨੀ ਆ ਵੱਡੀ ਨੂੰ ਦੇਖ ਲਾਂਗੇ ਨਾ ਸ਼ਰਮ ਨਹੀਂ ਆਉਂਦੀ ਹੈਗੀ ਇੱਕ ਪਿੰਡ 'ਚ ਰਹਿ ਕੇ ਆ ਕੁਛ ਕਰਦਾ ਸੋਹਣੀਆਂ ਪੀਲਾ ਸੂਟ ਪਾ ਕੇ ਯਾਰ ਚੱਲ ਜਾ ਕਿਉਂ ਮੇਰਾ ਦਿਮਾਗ ਖਰਾਬ ਕਰੀ ਜਾਂਦਾ ਮਾੜੀ ਮੋਟੀ ਸ਼ਰਮ ਕਰਿਆ ਕਰ ਉਹ ਵੀ ਤੇਰਾ ਯਾਰ ਦੋਸਤ ਆ ਉਹ ਤਾਂ ਹੀ ਤਾਂ ਉਹਦੇ ਘਰ ਦੀ ਰਾਖੀ ਕਰਨ ਨੂੰ ਫਿਰਦਾ ਮੈਂ ਜੇ ਯਾਰ ਦੋਸਤ ਹੈ ਆਹੋ ਘਰ ਦੀ ਰਾਖੀ ਕਰਨ ਨੂੰ ਕਿਹਾ ਮੇਰੀ ਰਾਖੀ ਨਾ ਕਰ ਮੇਰੀ ਰਾਖੀ ਕਰਨ ਨੂੰ ਹੈਗਾ ਉਹ ਫੇਰ ਤੇਰੀ ਰਾਖੀ ਹੋਊਗੀ ਨਾਲੇ ਪਰ ਆਹੋ ਤੂੰ ਚਲਿਆ ਜਾ ਇੱਥੋਂ ਨਹੀਂ ਮੈਂ ਗੋਹੇ 'ਚ ਸੱਟ ਸੱਟ ਕੇ ਕੁੱਟੂ ਪਹਿਲਾਂ ਕਹਿਤਾ ਤਾਂ ਭੀ ਫਿਰਦੀ ਹੈ ਜਮਾ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਰਾ ਕੋਈ ਨਾ ਕੋਈ ਨਾ ਕੋਈ ਨਾ ਆਖਰ ਨੂੰ ਪਾਣੀ ਦਾ ਪੋਲਾਂ ਥੱਲੋਂ ਦੀ ਨਿਕਲੂ ਤੈਨੂੰ ਐਂ ਟਕਾਣੇ ਦੇ ਲੈ ਕੇ ਫੇਰ ਖੜੂੰਗਾ ਮੈਂ ਮਰ ਜਾਣਾ ਨਾ ਹੋਵੇ ਕਿਸੇ ਥਾਂ ਦਾ ਸ਼ਰਮ ਨਹੀਂ ਆਉਂਦੀ ਹੈਗੀ ਮਾੜੀ ਮੋਟੀ ਵੀ ਲੋਕਾਂ ਨੂੰ ਦੱਸ ਕਿੱਦਾਂ ਦੇ ਬੰਦੇ ਨੇ ਦੁਨੀਆਂ 'ਚ ਹੈ ਕਹਿੰਦਾ ਯਾਰੀ ਲਾਉਣੀ ਆ ਵੀ ਤੈਨੂੰ ਦਿਖਦਾ ਤਾਂ ਹੈਗਾ ਮੈਂ ਵਿਆਹੀ ਵਾਰੀ ਹੈਗੀ ਮੇਰਾ ਕਾਹਨੂੰ ਘਰ ਖਰਾਬ ਕਰਦਾ ਹੁਣ ਮੈਂ ਇਹਨਾਂ ਨੂੰ ਵੀ ਕੀ ਕਵਾਂ ਵਿਚਾਰੇ ਨੂੰ ਇਹ ਵੀ ਸਾਰੀ ਦਿਹਾੜੀ ਬਾਹਰ ਰਹਿੰਦੇ ਨੇ ਐਵੇਂ ਟੈਨਸ਼ਨ ਲੈ ਲੈਣਗੇ ਚੱਲ ਇਹੋ ਜਿਹੇ ਨੂੰ ਤਾਂ ਮੈਂ ਉਈ ਲੋਟ ਕਰ ਸਕਦੀ ਹਾਂ ਮੈਨੂੰ ਲੋੜ ਹੀ ਨਹੀਂ ਹੈਗੀ ਦੱਸਣ ਦੀ ਹੁਣ ਆਵੇ ਸਹੀ ਹੁਣ ਮੈਂ ਤੋਂ ਨਾ ਤਸਲੇ ਹੀ ਤਸਲੇ ਖਾਊਗਾ ਬੇਅਕਲ ਚੱਲ ਯਾਰ ਬਾਕੀ ਕੰਮ ਤਾਂ ਨਿਬੜੇ ਹੱਥ ਧੋ ਕੇ ਹੁਣ ਆਟਾ ਗੁੰਨਦਾ ਕੱਲੀ ਜਣੀ ਹੈਗੀ ਆ ਮੇਰੇ ਨਾਲ ਕਿਹੜਾ ਕਿਸੇ ਨੇ ਰੋਟੀ ਖਾਣੀ ਆ ਪਾਣੀ ਵੀ ਹੁੰਦਾ ਕਿਵੇਂ ਡਰਾਈਵਰ ਨਹੀਂ ਹੈ ਮੇਰੇ ਘਰੇ ਵੜਿਆ ਤੈਨੂੰ ਮਾੜੀ ਮੋਟੀ ਸ਼ਰਮ ਹੈਗੀ ਕਿ ਨਹੀਂ ਕਿਉਂ ਤੂੰ ਮੇਰੀ ਬਦਨਾਮੀ ਕਰਾਉਣੀ ਆ ਪਿੰਡ 'ਚ ਮੈਂ ਤਾਂ ਸੁੱਤੀ ਪਈ ਬਦਨਾਮ ਹੋ ਜੂਗੀ ਤੂੰ ਉਹ ਕੰਮ ਕਰੀ ਜਾਂਦਾ ਤੂੰ ਤਾਂ ਬਾਹਰ ਚੱਲ ਉਹ ਕੋਈ ਨਾ ਵਗ ਜੂ ਗੱਲ ਸੁਣ ਮੇਰੀ ਕੀ ਆ ਇੰਨਾ ਪਿਆਰ ਕਰਦਾ ਕਦੇ ਸੋਚਿਆ ਵੀ ਨਹੀਂ ਹੋਣਾ ਤੈਂ ਆ ਬੰਨੇ ਤੇਰੇ ਮੂਰੇ ਹੱਥ ਮੈਨੂੰ ਨਾ ਤੂੰ ਚਾਹੀਦਾ ਨਾ ਤੇਰਾ ਪਿਆਰ ਚਾਹੀਦਾ ਮੈਂ ਤੈਨੂੰ ਇੱਕ ਵਾਰੀ ਨਹੀਂ ਤੈਨੂੰ ਮੈਂ 100 ਵਾਰੀ ਸਮਝਾਤਾ ਕਾਹਨੂੰ ਮੇਰੀ ਬੇਇੱਜ਼ਤੀ ਕਰਵਾਏਗਾ ਪਿੰਡ 'ਚ ਅਗਲਾ ਮੈਨੂੰ ਗਲਤ ਕਹੂਗਾ ਤੇਰਾ ਕੁਛ ਨਹੀਂ ਜਾਣਾ ਹੈਗਾ ਕਾਹਨੂੰ ਕਰਾਉਣਾ ਬੇਇੱਜ਼ਤੀ ਕਿਤੇ ਤੂੰ ਹੱਥ ਛੱਡ ਮੇਰਾ ਗੱਲ ਨਹੀਂ ਸੁਣ ਹੱਥ ਛੱਡ ਮੈਨੂੰ ਸ਼ਰਮ ਨਹੀਂ ਆਉਂਦੀ ਹੱਥ ਫੜੀ ਜਾਂਦਾ ਵਾਰ ਵਾਰ ਉਹ ਫਿਰ ਉਰੇ ਕੌਣ ਦੇਖਦੇ ਕੋਈ ਮਰਜ਼ੀ ਦੇਖੇ ਤੇਰੇ ਵਰਗੇ ਬੰਦਿਆਂ ਕਰਕੇ ਨਾ ਸਾਡੇ ਵਰਗੀਆਂ ਵਿਚਾਰੀਆਂ ਬਦਨਾਮ ਹੋ ਜਾਂਦੀਆਂ ਨੇ ਹੁਣ ਮੇਰਾ ਘਰ ਵਾਲਾ ਘਰੇ ਨਹੀਂ ਹੈਗਾ ਤੈਨੂੰ ਇੱਥੇ ਕਿਸੇ ਨੇ ਦੇਖ ਲਿਆ ਤੇਰਾ ਕੁਛ ਨਹੀਂ ਜਾਣਾ ਮੇਰਾ ਕੁਛ ਰਹਿਣਾ ਨਹੀਂ ਤੇਰੇ ਮੂਰੇ ਹੱਥ ਬੰਨੇ ਸਾਡਾ ਘਰ ਨਾ ਖਰਾਬ ਕਰ ਤੂੰ ਮੰਨ ਲੈ ਮੇਰੀ ਗੱਲ ਮੈਂ ਫਿਰ ਹੁਣ ਰੌਲਾ ਪਾ ਦੂੰਗੀ ਫਿਰ ਮੈਨੂੰ ਕਹੀ ਨਾ ਮੇਰਾ ਕੁਛ ਨਹੀਂ ਵਿਗੜਦਾ ਫਿਰ ਰੌਲਾ ਪਾਵੇਂਗੀ ਚੱਲ ਯਾਰ ਜੇ ਕਾਹ ਦੱਸ ਦੇ ਮੈਨੂੰ ਪਤਾ ਫਿਰ ਬੇਇੱਜ਼ਤੀ ਤਾਂ ਮੇਰੀ ਹੋਣੀ ਆ ਤੇਰਾ ਕਹਿੰਦਾ ਕਹਿ ਰਿਹਾ ਵੀ ਇਹ ਨਹੀਂ ਸੱਦਿਆ ਸੀ ਮੈਨੂੰ ਘਰੇ ਤੈਨੂੰ ਕਹਿਤਾ ਵੀ ਇੱਕ ਵਾਰੀ ਜਦ ਮੈਂ ਗੱਲ ਮੰਨ ਲੈ ਮੈਂ ਨਹੀਂ ਮੰਨਣੀ ਨਾ ਤੂੰ ਚੱਲ ਜਾ ਇੱਥੋਂ ਜੇ ਚੱਲ ਜਾ ਚੁੱਪ ਕਰਕੇ ਮੈਂ ਤੈਨੂੰ ਤੇਰੇ ਡਰਾਈਵਰ ਵਾਲਾ ਪਿਆਰ ਦਊਂਗਾ ਮੈਨੂੰ ਲੋੜ ਨਹੀਂ ਹੈਗੀ ਮੈਨੂੰ ਉਹਦਾ ਬਥੇਰਾ ਪਿਆਰ ਮਿਲਦਾ ਮੈਨੂੰ ਨਹੀਂ ਲੋੜ ਹੈਗੀ ਨਾਲੇ ਸਾਰੀਆਂ ਜਨਾਨੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹੈਗੀਆਂ ਮੈਨੂੰ ਉਹ ਜਨਾਨੀਆਂ ਤੂੰ ਨਾ ਸਮਝੀ ਵੀ ਹਾਂ ਡਰਾਈਵਰ ਚਲਿਆ ਗਿਆ ਬਾਹਰ ਤੇ ਮਗਰ ਦੀ ਮੇਰੇ ਪਿੱਠ ਪਿੱਛੇ ਇਹ ਕੁਛ ਕਰੂਗੀ ਮੈਂ ਉਹ ਜੀ ਨਹੀਂ ਹੈਗੀ ਅਗਲੇ ਨੇ ਯਕੀਨ ਕਰਿਆ ਮੇਰੇ ਤੇ ਯਕੀਨ ਕਰਕੇ ਗਿਆ ਉਹ ਬਾਹਰ ਮੈਂ ਕਿਹੜਾ ਤੈਨੂੰ ਵੇਚਣ ਨੂੰ ਫਿਰਦਾ ਮੈਂ ਤਾਂ ਤੈਨੂੰ ਆਪਣੇ ਦਿਲ 'ਚ ਰੱਖਣ ਨੂੰ ਫਿਰਦਾ ਨਾ ਮੈਂ ਤੇਰੇ ਦਿਲ 'ਚ ਰਹਾਂ ਤੇ ਨਾ ਮੈਂ ਤੈਨੂੰ ਆਪਣੇ ਦਿਲ 'ਚ ਰੱਖਾਂ ਦਿਲ 'ਚ ਤਾਂ ਦੂਰ ਦੇ ਤੈਨੂੰ ਤਾਂ ਮੈਂ ਗੁਰਦੇ ਗੁਰਦੇ 'ਚ ਵੀ ਨਹੀਂ ਰੱਖਦੀ ਚੱਲ ਜਾ ਇੱਥੋਂ ਚੁੱਪ ਕਰਕੇ ਤੈਨੂੰ ਪਛਤਾਉਣਾ ਪਊਗਾ ਇਹ ਗਲਤੀ ਕਰਨ ਤਾਂ ਲੱਗ ਰਹੀ ਹੈ ਮੈਂ ਪਛਤਾ ਕੇ ਹੀ ਖੁਸ਼ ਹਾਂ ਤੇਰੇ ਨਾਲ ਨਾ ਗੱਲ ਕਰਕੇ ਨਾ ਮੈਂ ਪਛਤਾ ਕੇ ਹੀ ਖੁਸ਼ ਹਾਂ ਚੱਲ ਜਾ ਇੱਥੋਂ ਕਿਉਂ ਮੇਰਾ ਐਵੇਂ ਦਿਮਾਗ ਖਰਾਬ ਕਰਿਆ ਹੋਇਆ ਜਾ ਚੱਲ ਤਾਂ ਤੂੰ ਮੰਨਦੀ ਨਹੀਂ ਤੈਨੂੰ ਗਲਤੀ ਦਾ ਮੁਆਵਜ਼ਾ ਭੁਗਤਣਾ ਪਊਗਾ ਫਿਰ ਕੋਈ ਨਹੀਂ ਮੈਂ ਦੇਖ ਲੂੰਗੀ ਤੂੰ ਚੱਲ ਜਾ ਹਾਂ ਜਹਾ ਹੁਣ ਜਾਨਾ ਹੁਣ ਤਾਂ ਮੈਂ ਤੈਨੂੰ ਦੇਖਦੀ ਰਿਜ਼ਲਟ ਮਿਲੂ ਇਹ ਗੱਲ ਦਾ ਰਿਜ਼ਲਟ ਕੋਈ ਨਹੀਂ ਮੇਰਾ ਦੇਖਿਆ ਹੋਇਆ ਮੈਂ ਡਰਨ ਵਾਲੀ ਨਹੀਂ ਹੈਗੀ ਗੱਲਾਂ ਕਰਦਾ ਹਾਂ ਡਰਾਈਵਰ ਦੀ ਘਰ ਵਾਲੀ ਆ ਐਡੀ ਕੂਲੀ ਨਹੀਂ ਹੈਗੀ ਵੀ ਤੇਰੇ ਵਰਗੇ ਬੰਦਿਆਂ ਤੋਂ ਡਰ ਜੂੰਗੀ ਪਰ ਯਾਰ ਇਹ ਮੇਰੀ ਲੱਗਦਾ ਬਦਨਾਮੀ ਕਰਾਊਗਾ ਦੱਸ ਅੱਜ ਘਰੇ ਵੜਿਆ ਦੇਖਣ ਵਾਲਾ ਕੀ ਕਹੂਗਾ ਵੀ ਇਹਦੇ ਘਰੋਂ ਬੰਦਾ ਨਿਕਲਿਆ ਚੱਲ ਕੋਈ ਨਹੀਂ ਮੇਰੇ ਘਰ ਵਾਲੇ ਨੂੰ ਤਾਂ ਮੇਰੇ 'ਤੇ ਯਕੀਨ ਆ ਮੈਂ ਉਹਦਾ ਕੰਮ ਕਰਾਂ ਜਾ ਕੇ ਇੱਕ ਸੋਚਦੀ ਹਾਂ ਉਹਨੂੰ ਦੱਸਾਂ ਫਿਰ ਕਹਿੰਦੀ ਆ ਵਿਚਾਰਾ ਗੱਡੀ 'ਚ ਗਿਆ ਹੋਇਆ ਐਵੇਂ ਟੈਨਸ਼ਨ ਲਊਗਾ ਹੋਰ ਕਿਤੇ ਗੱਡੀ ਕਾਸੇ 'ਚ ਮਾਰੇ ਤਾਂ ਘਰੇ ਬਹਿ ਜੂਗਾ ਉਹਨੇ ਕਿਤੇ ਜਾਣਾ ਵੀ ਨਹੀਂ ਹੈਗਾ ਫਿਰ ਨਾ ਕੋਈ ਨਹੀਂ ਮੈਂ ਆਪਣੀ ਜਗ੍ਹਾ 'ਤੇ ਸਹੀ ਹਾਂ ਇਹਨੂੰ ਬੋਲਣ 'ਤੇ ਜਿਹੜਾ ਕੁਛ ਬੋਲਣਾ
ਹੋਰ ਸੌਦਾ ਪੱਤਾ ਪਿਆ? ਹਾਂਜੀ ਸੌਦਾ ਪੱਤਾ ਤਾਂ ਪਿਆ ਸਾਰਾ, ਪਰ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕੀ ਗੱਲ ਕਰਨੀ ਸੀ? ਪਿਛਲੀ ਵਾਰ ਮੈਂ ਤੁਹਾਨੂੰ ਦੱਸਣਾ ਭੁੱਲ ਗਈ, ਮੇਰਾ ਜੀ ਤਾਂ ਕਰਦਾ ਨਹੀਂ ਦੱਸਣ ਨੂੰ ਵੀ ਐਵੇਂ ਤੁਸੀਂ ਟੈਨਸ਼ਨ ਲਓਗੇ। ਮੈਂ ਤਾਂ ਐਂ ਕਹਿਣਾ ਸੀਗਾ, ਉਹ ਜਿਹੜਾ ਗੱਗਾ ਨਹੀਂ ਹੈਗਾ ਆਪਣਾ, ਹਾਂ ਗੱਗਾ, ਮੈਨੂੰ ਨਾ ਉਹ ਠੀਕ ਜਿਹਾ ਨਹੀਂ ਲੱਗਦਾ। ਕਿਉਂ, ਕੀ ਗੱਲ ਹੋ ਗਈ? ਗੱਲ ਤਾਂ ਕੋਈ ਨੀ, ਵੈਸੇ ਮੈਨੂੰ ਜਦ ਡੈਰੀ ਆਉਂਦਾ ਹੁੰਦਾ ਦੁੱਧ ਪਾਉਣ, ਉਹ ਝਾਕਦਾ ਹੋਰ ਤਰ੍ਹਾਂ ਹੁੰਦਾ, ਜਦ ਮੈਂ ਗੋਹਾ ਗੋਹਾ ਸੁੱਟਣ ਜਾਂਦੀ ਹਾਂ ਹੋਰ ਤਰ੍ਹਾਂ ਹੀ ਦੇਖਦਾ, ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਉਹ। ਨਾ, ਇੰਨਾ ਜ਼ਿਆਦਾ ਨਹੀਂ ਬੰਦਾ ਹੈਗਾ, ਮੇਰੀ ਵਧੀਆ ਲਿਆ ਜੇ ਉਹਦੇ ਨਾਲ। ਤੁਹਾਡੀ ਤਾਂ ਚਲੋ ਲਿਹਾਜ਼ ਹੈਗੀ, ਹੁਣ ਮੇਰੀ ਥੋੜ੍ਹੀ ਉਹਦਾ ਲਿਹਾਜ਼, ਨਾਲੇ ਜਨਾਨੀ ਤਾਂ ਬੰਦੇ ਦੀ ਅੱਖ ਦੇਖ ਕੇ ਪਛਾਣ ਲੈਂਦੀ, ਉਹ ਕਿਵੇਂ ਦੇਖਦਾ, ਕਿਹੜੀ ਨਿਗਾਹ ਨਾਲ ਦੇਖਦਾ। ਮੈਂ ਤਾਂ ਕਰਕੇ ਤੁਹਾਨੂੰ ਕਹਿੰਦੀ, ਤੁਸੀਂ ਨਾ ਬਾਹਰ ਘੱਟ ਵੱਧ ਹੀ ਜਾਇਆ ਕਰੋ, ਘਰੇ ਹੀ ਰਹਿ ਪਿਆ ਕਰੋ। ਕਦੇ ਫਿਰ ਸਰਦਾ ਨਹੀਂ ਬਾਹਰ ਜਾਏ ਬਿਨਾਂ। ਬਸ ਮੈਨੂੰ ਇਹੀ ਗੱਲ ਦਾ ਫਿਕਰ ਜਿਹਾ ਹੋ ਰਿਹਾ ਵੀ ਐਵੇਂ ਹੈ ਨਾ, ਕੋਈ ਕੱਲ੍ਹ ਨੂੰ ਗੱਲ ਗੁੱਲ ਹੋ ਜੇ ਵੀ ਉਹ ਬੰਦਾ ਹੀ ਮੈਨੂੰ ਹਰਾਮੀ ਜਿਹਾ ਲੱਗਦਾ ਬਹੁਤ। ਗੱਲ ਤਾਂ ਐਂ ਕੀ ਕਰੂਗਾ, ਜਦ ਮੈਨੂੰ ਤੇਰੇ 'ਤੇ ਫੁੱਲ ਯਕੀਨ ਹੈ, ਰੱਬ ਜਿੰਨਾ ਯਕੀਨ ਹੈ ਵੀ ਇੰਨਾ ਦੀ ਮੇਰੇ ਘਰ ਵਾਲੀ ਹੈ ਨਹੀਂ ਗੀ। ਚਲੋ ਫਿਰ ਵੀ ਤੁਹਾਨੂੰ ਤਾਂ ਚਲੋ ਮੇਰੇ 'ਤੇ ਯਕੀਨ ਹੈਗਾ, ਇਹੋ ਜਿਹੇ ਬੰਦੇ ਦਾ ਕੀ ਹੁੰਦਾ ਬਦਨਾਮ ਕਰਨ ਲੱਗੇ ਮਿੰਟ ਲਾਉਂਦਾ। ਉਹਨੂੰ ਕਹਿ ਦਾਂਗੇ, ਪੁੱਛ ਲਾਂਗੇ ਵੀ ਹਾਂ ਬਾਈ ਕੀ ਚੱਕਰ ਹੈ। ਨਾ ਨਾ ਪੁੱਛਣਾ ਕਾਹਨੂੰ, ਐਂ ਕਿਹੜਾ ਮੈਨੂੰ ਕੁਛ ਕਿਹਾ ਉਹਨੇ। ਨਾ ਮੈਂ ਪੁੱਛ ਲੂੰਗਾ ਵੀ ਦੱਸ ਤੂੰ ਬਾਈ ਜੈਰੀ ਜੀ ਗਰਦਾਰੀ ਕਰਦਾ ਹੈ। ਨਾ ਨਾ ਤੁਸੀਂ ਕਾਹਨੂੰ ਟੈਨਸ਼ਨ ਲਈ ਜਾਣਾ, ਮੈਂ ਸਿਰਫ ਤੁਹਾਡੇ ਨਾਲ ਸਿਰਫ ਗੱਲ ਸ਼ੇਅਰ ਕਰਨੀ ਸੀ, ਤੁਹਾਨੂੰ ਦੱਸਣੀ ਸੀਗੀ ਵੀ ਆਹ ਗੱਲ ਇੱਦਾਂ ਦੇ ਮੇਰੇ ਮਨ 'ਚ ਹੈਗੀ ਸੀ। ਮੈਂ 2-3 ਵਾਰ ਉਹਨੂੰ ਨੋਟਿਸ ਕੀਤਾ ਜੋ ਇੱਦਾਂ ਦੀ ਹਰਕਤਾਂ ਕਰਦਾ, ਹਾਲੇ ਤੱਕ ਕਿਹਾ ਤਾਂ ਹੈ ਨਹੀਂ ਮੈਨੂੰ ਉਹਨੇ ਕੁਛ, ਪਰ ਜਿੱਦਣ ਮੈਨੂੰ ਕਹਿ ਤਾ ਉੱਦਣ ਫਿਰ ਮੈਂ ਫੜ ਵੀ ਲੈਣਾ, ਉੱਦਣ ਮੈਂ ਛੱਡਦੀ ਵੀ ਹੈ ਨਹੀਂ ਉਹਨੂੰ। ਚੱਲ ਜਿਹੜੇ ਕੁਛ ਬਣਿਆ ਤੂੰ ਕਰਦੀ, ਜਿੱਦਾਂ ਮੈਂ ਮੌਕੇ 'ਤੇ ਹੋਇਆ ਤਾਂ ਮੈਂ ਦੇਖ ਲੂੰਗਾ, ਜੇ ਮੇਰੇ ਹੁੰਦੇ ਆ ਗਿਆ ਕਦੇ ਤੂੰ ਮੈਨੂੰ ਦਿਖਾਈ ਵੀ ਹਾਂ ਉਹ ਆ ਰਿਹਾ। ਮੈਂ ਤਾਂ ਆਹੀ ਕਿਹਾ ਨਾ, ਕਿਉਂਕਿ ਤੁਸੀਂ ਤਾਂ ਬਾਹਰ ਚਲੇ ਜਾਂਦੇ ਹੋ, ਇਹੋ ਜਿਹਾ ਬੰਦਾ ਕੱਲ੍ਹ ਮੇਰੇ ਕੋਲ ਗੱਲ ਕਹਿ ਦੇ, ਤੁਸੀਂ ਤਾਂ ਹੈਗੇ ਹੋ ਜੀ, ਤੇ ਤੁਸੀਂ ਮੈਨੂੰ ਮੇਰੇ 'ਤੇ ਯਕੀਨ ਕਰਨਾ, ਹੋਰ ਤਾਂ ਕੋਈ ਹੈ ਨਹੀਂ ਮੇਰੇ 'ਤੇ ਯਕੀਨ ਕਰਨ ਵਾਲਾ, ਤੁਸੀਂ ਕਰੋਗੇ ਹੋਰ ਕੀ ਨਹੀਂ ਕਰਨਾ ਹੈ ਨਾ, ਤੁਸੀਂ ਮੇਰੇ 'ਤੇ ਬਸ ਯਕੀਨ ਰੱਖਿਓ ਬਸ ਇੱਕ ਗੱਲ। ਨਾ ਮੈਂ ਤਾਂ ਨਹੀਂ ਯਕੀਨ ਤੋੜਦਾ, ਬਾਕੀ ਤੂੰ ਨਾ ਤੋੜੀ, ਨਾ ਨਾ ਪਿੱਛੇ ਲੱਗ ਜਾ। ਨਾ ਤੁਹਾਨੂੰ ਤਾਂ ਮੇਰੇ 'ਤੇ ਯਕੀਨ ਹੈਗਾ, ਮੈਨੂੰ ਤਾਂ ਪੂਰਾ ਯਕੀਨ ਹੈ, ਤਾਂ ਹੀ ਮੈਂ ਇਕੱਲੇ ਨੂੰ ਛੱਡ ਕੇ ਜਾਂਦਾ, ਤਾਂ ਹੀ ਜੱਸੀ ਨੂੰ ਕਹਿੰਦਾ ਵੀ ਹਰਾ ਹੁਰਾ ਪਾ ਦਿਆ ਕਰ, ਬਿਮਾਰ ਜੀ ਰਹਿੰਦੀ ਹੈ। ਚਲੋ ਮੇਰੇ ਮਨ 'ਚ ਗੱਲ ਜੀ ਸੀਗੀ, ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ। ਐਂ ਕਰੋ ਹੁਣ ਤੁਸੀਂ ਪੈ ਜਾਓ ਇੱਥੇ, ਚਲੋ ਮੈਂ ਉੱਧਰ ਬਿਸਤਰਾ ਲਾ ਦਿੰਦੀ ਹਾਂ ਤੁਹਾਡਾ, ਥੱਕੇ ਹੋਊਗੇ ਤੁਸੀਂ ਵੀ। ਯਾਰ ਐਵੇਂ ਦਾ ਬੰਦਾ ਲੱਗਦਾ ਤਾਂ ਹੈ, ਵਧੀਆ ਲਿਆ ਜਾ ਆਪਣੇ ਘਰੇ ਆਉਂਦੇ ਜਾਂਦੇ ਰਹਿੰਦੇ, ਬਾਕੀ ਪਰਮਾਤਮਾ ਨੂੰ ਪਤਾ ਪਿੱਠ ਪਿੱਛੇ ਬਾਹਰ ਕਰਨ ਵਾਲੇ ਵੀ ਪਏ ਹੁੰਦੇ ਨੇ, ਕੀ ਪਤਾ ਲੱਗਦਾ ਚੰਗੀ ਕਹਿੰਦੀ ਹੋਵੇ। ਚਲੋ ਜੱਸੀ ਉਹਨੂੰ ਪੁੱਛਾਂਗੇ ਵੀ ਬਾਈ ਤੁਸੀਂ ਵੀ ਗੌਰ ਰੱਖਿਆ ਕਰੋ, ਤੁਸੀਂ ਤਾਂ ਨਹੀਂ ਦੇਖਿਆ ਉਹ ਗੱਗਾ, ਉਹ ਕਹਿੰਦੀ ਤੀ ਕੱਛੂ ਜਾਂ ਕਹਿੰਦੀ ਵੀ ਮੈਨੂੰ ਐਂ ਕਰਦਾ ਐਂ ਕਰਦਾ। ਜੱਸੀ ਨੂੰ ਪਤਾ ਲੱਗੂਗਾ, ਜੇ ਜੱਸੀ ਨੇ ਕਹਿਤਾ ਕਹਿ ਦਾਂਗੇ ਬਾਈ ਤੇਰਾ ਕੀ ਮਾੜਾ ਕਰਤਾ, ਤੂੰ ਮੇਰੇ ਪਿੱਛੇ ਬਾਹਰ ਕਰਦਾ ਕਰਦਾ ਜੱਸੀ ਨਾਲ ਗੱਲ। ਹਾਂ ਮੰਮੀ ਉਹ ਵੀ ਤੁਹਾਨੂੰ ਪਤਾ ਤਾਂ ਹੈਗਾ ਵੀ ਗੇੜੇ 'ਤੇ ਜਾਂਦੇ ਹੁੰਦੇ ਨੇ, ਉੱਥੇ ਗਏ ਹੋਏ ਨੇ, ਮੇਰੀ ਵੀ ਤਬੀਅਤ ਥੋੜ੍ਹੀ ਠੀਕ ਨਹੀਂ ਹੈਗੀ। ਚਲੋ ਮੰਮੀ ਬਹੁਤ ਹੋ ਗਈਆਂ ਗੱਲਾਂ, ਮੈਂ ਬਾਹਰ ਬੈਠੀ ਹਾਂ ਠੰਡ 'ਚ, ਹੁਣ ਮੈਂ ਤੁਹਾਨੂੰ ਫੇਰ ਕੱਲ੍ਹ ਫੋਨ ਕਰੂੰਗੀ। ਠੀਕ ਹੈ ਠੀਕ ਹੈ ਮੰਮੀ, ਠੀਕ ਹੈ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਸੋਹਣਿਆਂ ਦਾ? ਨਾ ਤੂੰ ਫੇਰ ਬੂਥਾ ਚੱਕੀ ਆਉਣਾ ਅੰਦਰ, ਤੈਨੂੰ ਮੈਂ ਕਿੰਨੀ ਵਾਰੀ ਸਮਝਾਵਾਂ, ਇੱਕ ਵਾਰੀ ਤੇਰੇ ਪੱਲੇ ਗੱਲ ਪੈਂਦੀ ਨਹੀਂ ਹੈਗੀ। ਹੋਰਾਂ ਨਾਲ ਵੀ ਤਾਂ ਗੱਲਾਂ ਮਾਰ ਦਿਓ, ਕਦੇ ਸਾਡੇ ਬਾਰੇ ਸੋਚ ਲਿਆ ਕਰੋ। ਤੇਰੇ ਬਾਰੇ ਕੀ ਸੋਚਾਂ ਜੀ, ਮਾਂ ਨਾਲ ਗੱਲਾਂ ਕਰਦੀ ਸੀ, ਤੇਰੇ ਵਰਗੇ ਲੱਲੂ ਪੰਜੂ ਨਾਲ ਨਹੀਂ ਸੀ ਗੱਲ ਕਰਦੀ। ਕਰਦੀਆਂ ਮਾਂ ਨਾਲ, ਮੈਨੂੰ ਪਤੀ ਹੈ ਹੁਣ। ਤੂੰ ਚੱਲ ਜਾ ਇੱਥੋਂ ਨਾ, ਕਿਉਂ ਤੂੰ, ਮੈਂ ਤੈਨੂੰ ਇੱਕ ਗੱਲ ਸਮਝਾਉਂਦੀ, ਤੂੰ ਮੈਨੂੰ ਇੰਨੀ ਲਾਫਾ ਕਰਾਏਗਾ, ਇੰਨੀ ਲਾਫਾ ਕਰਾਏਗਾ, ਮੈਂ ਕਹਿੰਦੀ ਕਾਹਨੂੰ ਹੁਣ ਨਾ ਪਾਣੀ ਸਿਰ ਤੋਂ ਉੱਪਰ ਲੰਘੀ ਜਾਂਦਾ। ਉਹ ਤੇਰੇ ਦਿਲ ਆ ਗਿਆ ਤੇਰੇ ਤੇ ਬਰਾ, ਪਰਾਂ ਉਹ
ਤੂੰ ਦਿਲ ਆ ਗਿਆ ਤਾਂ ਬਹੁਤ ਦੇਣਾ ਨਾ ਦੇਣਾ ਤਾਂ ਫਿਰ ਕਿ ਮੈਂ ਜਣੀ ਖਣੀ ਦੀ ਹੋ ਜਾ ਇੱਕ ਹੈਗਾ ਬਸ ਬਹੁਤ ਆ ਉਹ ਲੋਲੜ ਜੇ ਡਰਾਈਵਰ ਨੂੰ ਪਤਾ ਨਹੀਂ ਕਿੱਥੋਂ ਮਰ ਗਿਆ ਤੇਰੇ ਵਰਗਾ ਪਟੋਲਾ ਤੈਨੂੰ ਤੇਰੀ ਘਰ ਘਰ ਵਾਲੀ ਹੈ ਨਹੀਂ ਉਹ ਹੈਗੀ ਤਾਂ ਫਿਰ ਸ਼ਰਮ ਨਹੀਂ ਆਉਂਦੀ ਤੈਨੂੰ ਸੋਹਣੀ ਨਹੀਂ ਹੈਗੀ ਆਪਦਾ ਪਹਿਲਾਂ ਵਿਆਹ ਦੇਖ ਕੇ ਕਰਾਉਣਾ ਸੀਗਾ ਦੇਖੀ ਤੂੰ ਮਾੜਾ ਮੋਟਾ ਹੀ ਸੋਚ ਲਿਆ ਕਰ ਕਾ ਤੋਂ ਲੱਗਦਾ ਤੂੰ ਮੇਰੀ ਬਦਨਾਮੀ ਕਰਾ ਕੇ ਛੱਡੇਗਾ ਤੈਨੂੰ ਮਾੜਾ ਮੋਟਾ ਸੋਚ ਲੈ ਮੇਰੇ ਬਾਰੇ ਸੋਚ ਲੈ ਪਿੰਡ ਵਾਲੇ ਕੀ ਕਹਿਣਗੇ ਤੂੰ ਮੇਰੇ ਬਾਰੇ ਸੋਚੇ ਨਾ ਮੈਂ ਤੈਨੂੰ ਪਿਆਰ ਕਰਦਾ ਆਪਾਂ ਅੰਦਰ ਬੈਠ ਕੇ ਪਿਆਰ ਦੀਆਂ ਗੱਲਾਂ ਕਰਾਂਗੇ ਮੈਂ ਕਾਹਦੀ ਬਦਨਾਮੀ ਤੂੰ ਚੱਲ ਜਾ ਇੱਥੋਂ ਅੰਦਰ ਬਹਿ ਕੇ ਤੈਨੂੰ ਅੰਦਰ ਨਾ ਸਿਰ ਤੇ ਨਜ਼ਰਾ ਕੇ ਬਿਠਾ ਲਾ ਮੈਂ ਓਏ ਹੋਰ ਚੱਲ ਜਾ ਤੂੰ ਦਿਮਾਗ ਨਾ ਮੇਰਾ ਖਰਾਬ ਕਰ ਓ ਇੱਕ ਤਾਂ ਟੋਲਿਆ ਤੇ ਗੁੱਸਾ ਬਹੁਤ ਕਰਦਾ ਹੈ ਤੈਨੂੰ ਕਿਉਂ ਮੇਰਾ ਹੱਥ ਉੱਠ ਜਾਣਾ ਕੋਈ ਫਾਇਦਾ ਨਹੀਂ ਹੈਗਾ ਫਿਰ ਚੱਲ ਜਾ ਇੱਥੋਂ ਬਾਹਰ ਚੁੱਪ ਕਰਕੇ ਬਕਵਾਸ ਕਰੀ ਜਾਂਦਾ ਤੇ ਖੜ ਕੇ ਹਟਣਾ ਕਿ ਨਹੀਂ ਹਟਣਾ ਤੂੰ ਉਹ ਖੰਡ ਗੁੱਸਾ ਨਹੀਂ ਹਟਣਾ ਨਹੀਂ ਹੈਗਾ ਤੂੰ ਮੈਨੂੰ ਜਾਣਦੀ ਨਹੀਂ ਫਿਰ ਤੈਨੂੰ ਇਹ ਥੱਪੜ ਮਹਿੰਗਾ ਪਊ ਬਹੁਤ ਕੋਈ ਨਹੀਂ ਜਿਹੜਾ ਮਹਿੰਗਾ ਤੂੰ ਮੈਂ ਤਾਂ ਹੋਰ ਖਾ ਲੇਗਾ ਦਫਾ ਹੋ ਜਾ ਤੂੰ ਮੈਨੂੰ ਮਜਬੂਰ ਕਰਤਾ ਤੇਰੀ ਬਦਨਾਮੀ ਜੇ ਨਾ ਸਾਰੇ ਪਿੰਡ ਚ ਕਰੀ ਮੈਨੂੰ ਵੀ ਗੱਗਾ ਨਾ ਕਹੀ ਫਿਰ ਹੁਣ ਜਾ ਤੂੰ ਕਰਵਾ ਲੈ ਜਿਹੜੀ ਬਦਨਾਮੀ ਕਰਾਉਣੀ ਹੈ ਜਾ ਤੇਰੀ ਆਪਦੀ ਕੋਈ ਇੱਜ਼ਤ ਹੈਗੀ ਮੇਰੀ ਬਦਨਾਮੀ ਕਰਾਏਗਾ ਜਾ ਚੱਲ ਜਾ ਚੱਲ ਕੋਈ ਨਾ ਮੈਂ ਵੀ ਦੱਸੂਗੀ ਵੀ ਤੂੰ ਕੀ ਕਰਤੂਤਾਂ ਕਰਦਾ ਤੈਨੂੰ ਕੱਲ ਨੂੰ ਆਪੇ ਪਤਾ ਲੱਗ ਜੂ ਵੀ ਤੇਰੀ ਬਦਨਾਮੀ ਹੁੰਦੀ ਹੈ ਕਿ ਨਹੀਂ ਹੁੰਦੀ ਕੋਈ ਨਹੀਂ ਦੇਖ ਲੂੰਗੀ ਮੈਂ ਤੂੰ ਜਾ ਚੱਲ ਜਾ ਕਿਤੇ ਹੋਰ ਪਿਆਰ ਨਾਲ ਮਨਾਉਣਾ ਕਹਿੰਦੇ ਪਿਆਰ ਨਾਲ ਤੂੰ ਮੰਨਦੀ ਨਹੀਂ ਮੈਨੂੰ ਨਾ ਤੇਰੇ ਪਿਆਰ ਦੀ ਲੋੜ ਆ ਨਾ ਮੈਨੂੰ ਤੇਰੇ ਗੁੱਸੇ ਦੀ ਲੋੜ ਆ ਮੇਰੇ ਕੋਲ ਸਾਰਾ ਕੁਝ ਹੈਗਾ ਘਰੇ ਮੈਨੂੰ ਕੋਈ ਲੋੜ ਨਹੀਂ ਹੈਗੀ ਤੇਰੀ ਚੱਲ ਜਾ ਇੱਥੋਂ ਤੈਨੂੰ ਇੱਜ਼ਤ ਹੈ ਨਹੀਂ ਰਾਸ ਤੇਰੇ ਵਰਗੀ ਜਨਾਨੀ ਨਹੀਂ ਮੈਨੂੰ ਨਹੀਂ ਆਉਂਦੀ ਹੈਗੀ ਰਾਜੀ ਜਿਹੜੀਆਂ ਰਾਸ ਆਉਂਦੀ ਹੈ ਨਾ ਜਿਹਨੂੰ ਉਹਨਾਂ ਕੋਲ ਜਾ ਚੱਲ ਕੋਈ ਨਾ ਹੁਣ ਦੇਖੀ ਤੇਰੇ ਨਾਲ ਬਣਦਾ ਕੀ ਹੈ ਇਹਨੂੰ ਤਾਂ ਜਮਾ ਹੀ ਸ਼ਰਮ ਲਾਤੀ ਪਰ ਹੁਣ ਤਾਂ ਮੈਨੂੰ ਵੀ ਡਰ ਲੱਗੀ ਜਾਂਦਾ ਕਈ ਵਾਰ ਨਾ ਬੰਦਾ ਗੁੱਸੇ 'ਚ ਆ ਕੇ ਬਹੁਤ ਗਲਤ ਸਟੈਪ ਚੱਕ ਲੈਂਦਾ ਹੁਣ ਇਹ ਪਤਾ ਨਹੀਂ ਕੀ ਕਰੂਗਾ ਮੇਰੀ ਬਦਨਾਮੀ ਕਰਾਉਣ ਲਈ ਇਹਨਾਂ ਨਾਲ ਗੱਲ ਕਰਾਂ ਪਰ ਨਹੀਂ ਮੈਂ ਇਹਨੂੰ ਦੱਸਿਆ ਤਾਂ ਹੋਇਆ ਕੀ ਕਰ ਲੂਗਾ ਇਹ ਟਿੱਡਾ ਜਿਹਾ ਆ ਬੋਲੀ ਜਿਹੜਾ ਕੋਈ ਬਹੁਤ ਜ਼ਿਆਦਾ ਥੱਪੜ ਖਾ ਕੇ ਗਿਆ ਗਾਹਾਂ ਤੋਂ ਫਿਰ ਮੈਂ ਨਾ ਜਲੂਸ ਵੀ ਚੰਗਾ ਕੱਢੂੰਗੀ ਅੱਜ ਤਾਂ ਇਹਨੇ ਹੱਦ ਪਾਰ ਕਰਤੀ ਹੁਣ ਤਾਂ ਲੱਗਦਾ ਕੋਈ ਸਕੀਮ ਲਾਉਣੀ ਹੀ ਪਊਗੀ ਮੱਛਰੀ ਫਿਰਦੀ ਹੈ ਪੂਰੀ ਮੈਂ ਤਾਂ ਕਹਿੰਦਾ ਵੀ ਪਿਆਰ ਨਾਲ ਆਜੂ ਲੋਟ ਪਰ ਮੈਨੂੰ ਲੱਗਦਾ ਨਹੀਂ ਹੈ ਪਿਆਰ ਨਾਲ ਲੋਟ ਆਉਣ ਵਾਲੀ ਹੁਣ ਜੱਸੀ ਵੀ ਆਉਂਦਾ ਹੁੰਦਾ ਇਹਨਾਂ ਦੇ ਘਰੇ ਹੈ ਨਾ ਚੱਲ ਕੋਈ ਨਾ ਆਹੀ ਸਕੀਮ ਲਾਉਣੇ ਆ ਬਦਨਾਮ ਕਰੂੰ ਸਾਰੇ ਪਿੰਡ 'ਚ ਵੱਡੀ ਹੈਗੀ ਆ ਇੱਜ਼ਤ ਵਾਲੀ ਮੈਂ ਕਹਿੰਦਾ ਚੱਲ ਪਿਆਰ ਨਾਲ ਬਣ ਜੇ ਪਿਆਰ ਨਾਲ ਬਣ ਜੇ ਉਹਨੂੰ ਸਾਰੇ ਪਿੰਡ 'ਚ ਭੰਡੀ ਪਿੱਟੂ ਇਹਦੀ ਇਹ ਕੀ ਜਾਣੇ ਚਲੋ ਜਾਂਦੇ ਆ ਫਿਰ ਸਕੀਮ ਲਾਉਣ ਸਾਰੀ ਆਏ ਆ ਹੁਣ ਮੈਨੂੰ ਤੁਸੀਂ ਆਪ ਹੀ ਦੱਸੋ ਜੇ ਮੈਂ ਗਲਤ ਹੁੰਦੀ ਮੇਰੇ ਘਰ ਵਾਲੇ ਨੂੰ ਕੋਈ ਗੱਲ ਦਾ ਪਤਾ ਨਾ ਲੱਗਦਾ ਨਾ ਨਾ ਬਿਲਕੁਲ ਪਤਾ ਲੱਗਦਾ ਠੀਕ ਹੈ ਜੇ ਤੁਹਾਨੂੰ ਹਲੇ ਵੀ ਨਹੀਂ ਯਕੀਨ ਹੈਗਾ ਨਾ ਤਾਂ ਰੋਜ਼ ਜਦੋਂ ਸਵੇਰੇ ਦੁੱਧ ਪਾਉਣ ਆਉਂਦਾ ਡੈਰੀ 'ਚ ਉਹ ਇੱਥੇ ਮੇਰੇ ਨਾਲ ਪੰਗੇ ਪੁੰਗੇ ਲੈ ਕੇ ਜਾਂਦਾ ਮੈਂ ਡਰਦੀ ਮਾਰੀ ਅੱਜ ਤੱਕ ਕਿਸੇ ਕੋਲੇ ਗੱਲ ਨਹੀਂ ਕਰੀ ਕਿਉਂ ਦੇਖੋ ਹੁਣ ਜੇ ਚਿੱਕੜ 'ਚ ਪੱਥਰ ਮਾਰਾਂਗੇ ਚਿੱਕੜ ਆਪਣੇ ਮੂੰਹ 'ਤੇ ਵੀ ਪਊਗਾ ਪਊਗਾ ਬਦਨਾਮੀ ਤਾਂ ਮੇਰੀ ਵੀ ਹੋਊਗੀ ਚਾਹੇ ਮੈਂ ਆਪਣੀ ਜਗ੍ਹਾ 'ਤੇ ਸਹੀ ਹਾਂ ਫਿਰ ਮੈਂ ਘਰੇ ਇਕੱਲੀ ਰਹਿੰਦੀ ਹਾਂ ਮੇਰਾ ਬੰਦਾ ਵਿਚਾਰਾ ਬਾਹਰ ਜਾਂਦਾ ਕੰਮ 'ਤੇ ਜਾਂਦਾ ਉਹਦੇ ਦਿਲ 'ਤੇ ਕੀ ਬੀਤੂਗੀ ਨਹੀਂ ਗੱਲ ਤੁਹਾਡੀ ਵੀ ਸੱਚੀ ਹੈ ਬੰਦਾ ਮੈਨੂੰ ਠੀਕ ਨਹੀਂ ਲੱਗਦਾ ਪਹਿਲਾਂ ਵੀ ਹੁਣ ਆਇਆ ਮੈਨੂੰ ਸਰਪੰਚ ਹੋਣ ਦੇ ਨਾਤੇ ਗੱਲ ਸੁਣਨੀ ਪਈ ਯਕੀਨ ਉਹਦਾ ਮੈਂ ਵੀ ਨਹੀਂ ਕੀਤਾ ਉਹਨੂੰ ਮੈਂ ਕਿਹਾ ਬਹੁਤ ਵਾਰੀ ਬਈ ਉਹ ਬੰਦੇ ਇਹੋ ਜਿਹੇ ਨਹੀਂ ਹੈਗੇ ਨਾ ਉਹਦੀ ਘਰ ਆਈ ਨਾ ਕਾਲਾ ਬਈ ਤੈਨੂੰ ਕੋਈ ਭੁਲੇਖਾ ਪਿਆ ਬੰਦਾ ਮੰਨਿਆ ਨਹੀਂ ਹੁਣ ਮੈਂ ਚੱਲ ਸਰਪੰਚ ਹੁਣ ਨਾਤਾ ਅਗਲਾ ਕਹੂਗਾ ਵੀ ਤੂੰ ਜਾ ਕੇ ਨਹੀਂ ਆ ਹੈ ਨਾ ਮੇਰੇ ਜਾਣ ਦਾ ਫਰਜ਼ ਸੀ ਚਲੋ ਆਪਾਂ ਨੂੰ ਸਾਰੀ ਸੱਚਾਈ ਪਤਾ ਲੱਗ ਗਈ ਹੈ ਨਾ ਉਹੀ ਤਾਂ ਗੱਲ ਨਾਲ ਹੁਣ ਤੁਸੀਂ ਕੋਈ ਚੱਕਰ ਨਹੀਂ ਆਪਾਂ ਉਹਨੂੰ ਰੰਗੇ ਹੱਥੀਂ ਫੜਾਂਗੇ ਕਿੰਨੇ ਕੁ ਵਜੇ ਆਉਂਦਾ ਡੈਰੀ ਚ ਦੁੱਧ ਪਾਉਣ ਸਵੇਰੇ ਆ ਜਾਂਦਾ 8 ਕੁ ਵਜੇ ਅੱਛਾ ਉਦੋਂ ਬਾਅਦ ਇੱਧਰ ਪੱਕਾ ਗੇੜਾ ਮਾਰਦਾ ਇੱਧਰ ਆ ਕੇ ਜਾਂਦਾ ਨਾਲੇ ਹੁਣ ਤੁਸੀਂ ਆਪ ਸਿਆਣੇ ਹੋ ਐਂ ਤਾਂ ਸਾਡੇ ਘਰ ਦੇ ਨਾਲ ਕਿੰਨੇ ਘਰ ਲੱਗਦੇ ਨੇ ਉਹਨਾਂ ਚੋਂ ਨਾ ਕੋਈ ਆ ਗਿਆ
ਜਾ ਕੇ ਤੁਹਾਡੇ ਕੋਲੇ ਆ ਕੇ ਚੁਗਲੀ ਕਰਕੇ ਗਿਆ ਮੇਰੇ ਬਾਰੇ? ਨਹੀਂ ਨਹੀਂ ਗੱਲਬਾਤ ਕਦੇ ਸੁਣੀ ਨਹੀਂ ਹੈਗੀ। ਫਿਰ ਨਹੀਂ ਤਾਂ ਫਿਰ ਮੈਂ ਉਹਦੇ ਛਿੱਤਰ ਫੇਰੂੰਗੀ ਚੰਗੀ ਤਰ੍ਹਾਂ। ਬਸ ਕੋਈ ਨਾ, ਤੁਸੀਂ ਐ ਕਰੋ, ਕਿੰਨੇ ਵਜੇ ਆ ਜਾਂਦਾ? 8 ਵਜੇ ਤੱਕ ਆ ਜਾਂਦਾ, ਤੁਸੀਂ ਚੁੱਪ ਚਪੀਤੇ ਆ ਜਾਓ। ਮੈਂ ਪਹਿਲੇ ਹੀ ਆ ਜਾਊਂਗਾ। ਬਸ ਤੁਸੀਂ ਇੱਥੇ ਹੀ ਰਹੋ, ਮੈਂ ਅੰਦਰ ਬਹਿ ਜਾਊਂਗਾ, ਉਦੋਂ ਬਾਅਦ ਆਪਾਂ ਸਾਰੀ ਉਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾ ਚੰਗੀ ਝੰਡ ਕਰਾਂਗੇ। ਇਹੋ ਜਿਹਾ ਬੰਦਾ ਦੁਬਾਰੇ ਕੋਈ ਹੋਰ ਕਦਮ ਉਠਾਉਂਦਾ ਫਿਰ? ਸਰਪੰਚ ਸਰ ਉਹੀ ਗੱਲ ਆ ਨਾ, ਹੁਣ ਜੇ ਇਹੋ ਜਿਹੀ ਕੋਈ ਵੀ ਗੱਲ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਈ, ਉਹ ਤਾਂ ਜਿਉਂਦੇ ਜੀ ਮਰ ਜਾਊਗਾ। ਚਾਹੇ ਅਗਲੇ ਨੂੰ ਮੇਰੇ ਤੇ ਯਕੀਨ ਹੈਗਾ, ਫਿਰ ਵੀ ਬੰਦੇ ਦੇ ਮਨ 'ਚ ਨਾ 100 ਤਰ੍ਹਾਂ ਦੀ ਗੱਲਾਂ ਜਾਂਦੀਆਂ ਨੇਗੀਆਂ। ਉਹ ਤਾਂ ਵਿਚਾਰਾ ਬਾਹਰ ਗੱਡੀ ਚਲਾਉਂਦਾ, ਮਨ ਕਰੇ ਕੱਲ ਨੂੰ ਕੋਈ ਗੱਲ ਹੋ ਜਾਵੇ ਫਿਰ ਇਹੋ ਜਿਹੇ ਦਾ ਕੀ ਪਤਾ। ਕੋਈ ਨਾ ਭਾਈ, ਸਾਰੀ ਗੱਲ ਮੇਰੇ ਤੇ ਛੱਡ ਦੇ, ਤੇਰੀ ਕੋਈ ਹਵਾ ਕਿ ਨਹੀਂ ਝਾਕ ਸਕਦਾ, ਸਮਝ ਆ ਗਈ? ਕੋਈ ਚੱਕਰ ਨਹੀਂ, ਉਹ ਬੰਦੇ ਦੇ ਆਪਾਂ ਚੰਗੀ ਝੰਡ ਕਰਾਂਗੇ ਉਹਦੇ। ਠੀਕ ਆ, ਚਲੋ ਠੀਕ ਹੈ ਸਰਪੰਚ। ਹਾਂ ਕੋਈ ਚੱਕਰ ਨਹੀਂ, ਤੂੰ ਪਰਵਾਹ ਨਾ ਮੰਨ। ਠੀਕ ਆ, ਗੱਲ ਤੇਰੇ ਤੇ ਮੇਰੇ 'ਚ ਅੱਗੇ ਕਿਸੇ ਕੋਲੇ ਗੱਲ ਨਹੀਂ ਆਉਂਦੀ। ਠੀਕ ਹੈ, ਸਮਝ ਆ ਗਈ? ਕੋਈ ਨਾ ਕਰ ਆਪਦਾ ਭਾਈ ਕੰਮ ਕਰ, ਮੈਂ ਚੱਲਦਾ। ਠੀਕ ਆ, ਹਾਂ ਠੀਕ ਆ ਭਾਈ। ਬੜਾ ਬੰਦਾ ਗਲਤ ਨਿਕਲਿਆ, ਚੱਲ ਕੋਈ ਨਾ, ਕੱਲੇ ਦੀ ਚੰਗੀ ਕੰਡ ਝਾੜ ਕਰ ਦਿਆਂਗੇ। ਅੱਗੇ ਬੰਦਾ ਕਦੇ ਦੁਬਾਰੇ ਗੱਲ ਨਹੀਂ ਬਣਾਉਂਦਾ, ਐਵੇਂ ਵਿਚਾਰੀ ਨਰਮ ਜਨਾਨੀ ਦੀ ਬੇਇੱਜ਼ਤੀ ਕਰਾਉਣ ਨੂੰ ਫਿਰਦਾ ਸੀ ਸਾਰੇ ਪਿੰਡ 'ਚ, ਇੱਕ ਆਪਦੇ ਮਤਲਬ ਵਾਸਤੇ ਇੰਨਾ ਗੰਦਾ ਬੰਦਾ ਨਿਕਲੂਗਾ, ਮੈਂ ਕਦੇ ਸੋਚਿਆ ਵੀ ਨਹੀਂ ਸੀ। ਕਿਉਂ ਪਟੋਲਿਆ, ਕਿਵੇਂ ਹੈ ਨਾ? ਤੂੰ ਫੇਰ ਆ ਗਿਆ, ਲਾ ਥੱਪੜ ਭੁੱਲਿਆ ਨਹੀਂ ਤੂੰ ਅਜੇ ਉਦਣ ਵਾਲਾ? ਮੈਨੂੰ ਲੱਗਦਾ ਤੂੰ ਵੀ ਨਹੀਂ ਹਲੇ ਸੂਤ ਆਈ ਹੈਗੀ। ਕੀ ਮਤਲਬ ਆ ਤੇਰਾ? ਬਦਨਾਮੀ ਕਰਾ ਕੇ ਤਾਂ ਹੁਣ ਤਾਂ ਸੂਤ ਆ ਜਾ ਨਾ, ਮੇਰੀ ਕਾਹਦੇ 'ਚ ਬਦਨਾਮੀ ਹੋਊਗੀ? ਲੈ ਹੋਰ ਹੋਈ ਨਹੀਂ ਬਦਨਾਮੀ, ਸਰਪੰਚ ਆਇਆ ਨਹੀਂ ਤੇਰੇ ਘਰੇ? ਫਿਰ ਆਇਆ ਸੀ, ਪਰ ਮੇਰਾ ਘਰ ਵਾਲੇ ਨੂੰ ਮੇਰਾ ਪਤਾ ਵੀ ਮੈਂ ਕਹਿ ਜੀ ਹੈ ਕਹਿ ਜੀ ਨਹੀਂ। ਉਹ ਮੈਂ ਸਰਪੰਚ ਦੇ ਪੰਪੇ ਇਹੋ ਜਿਹੇ ਮਾਰੇ ਤੇ, ਫਿਰ ਤੈਨੂੰ ਕਰਕੇ ਗੈਰ ਗੈਰ ਬੰਦੇ ਆਉਂਦੇ ਨੇ ਉਹਦੇ ਘਰੇ, ਵੀ ਖਰਾਬ ਜੀ ਜਨਾਨੀ ਹੋਰ ਵੀ ਖਰਾਬ ਕਰੂ ਕਿਸੇ ਨੂੰ। ਕੋਈ ਨਹੀਂ, ਹੁਣ ਤੂੰ ਹੋਰ ਜਿੰਨੀ ਬਦਨਾਮੀ ਕਰਾਉਣੀ ਆ ਕਰਾ ਲਾ, ਤੂੰ ਖੁਸ਼ ਰਹਿ ਨਾ। ਹੁਣ ਤਾਂ ਲੋਟ ਹੈ ਫਿਰ, ਜਿੱਦਨ ਮੈਂ ਕਿਹਾ ਦੀ ਪਿਆਰ ਨਾਲ ਮੰਨ ਜਾ, ਤੈਂ ਕਿਹੜਾ ਪਿਆਰ ਨਾਲ ਮੰਨੇ? ਫਿਰ ਮੈਂ ਹੁਣ ਵੀ ਕਿਹੜਾ ਮੰਨਦੀ ਹਾਂ, ਮੈਂ ਤਾਂ ਹੁਣ ਵੀ ਨਹੀਂ ਮੰਨਦੀ। ਮੈਨੂੰ ਐਂ ਦੱਸ, ਤੈਨੂੰ ਕੁਛ ਮਿਲ ਗਿਆ ਮੇਰੀ? ਤੂੰ ਸਾਰਾ ਕੁਝ ਜਾਣ ਕੇ ਕੀਤਾ ਸੀ ਨਾ, ਜਾਣ ਕੇ ਝੂਠ ਬੋਲਿਆ ਨਾ ਤੂੰ ਸਰਪੰਚ ਨੂੰ? ਉਹ ਫਿਰ ਤੈਂ ਮੇਰੇ ਥੱਪੜ ਗਿਆ ਮਾਰਿਆ, ਤੈਨੂੰ ਮੈਂ ਕਿਹਾ ਦੀ ਵੀ ਤੇਰੀ ਬਦਨਾਮੀ ਕਰੂ ਸਾਰੇ ਪਿੰਡ 'ਚ ਨਾ। ਜਦ ਮੈਂ ਤੈਨੂੰ ਕਹੀ ਜਾ ਰਹੀ ਹਾਂ ਮੈਂ ਤੇਰੇ ਨਾਲ ਕੋਈ ਗੱਲਬਾਤ ਨਹੀਂ ਕਰਨੀ, ਫਿਰ ਤੂੰ ਇੱਦਾਂ ਕਰੇਗਾ? ਮਾੜਾ ਮੋਟਾ ਸੋਚ ਲਾ। ਤੈਂ ਵੀ ਨਹੀਂ ਸੋਚਿਆ ਥੱਪੜ ਮਾਰਨ ਵੇਲੇ? ਫਿਰ ਜੇ ਤੂੰ ਹਟਦਾ ਹੀ ਨਹੀਂ ਸੀ, ਹੁਣ ਤੇਰੀ ਘਰ ਵਾਲੀ ਨੂੰ ਕੋਈ ਤੰਗ ਕਰੂਗਾ, ਤੂੰ ਕੀ ਜਰ ਲਏਗਾ? ਤੈਨੂੰ ਫਿਰ ਕੀ ਹੋ ਗਿਆ, ਮੈਂ ਤੈਨੂੰ ਪਿਆਰ ਹੀ ਕਰਦਾ? ਪਿਆਰ ਕਰਦਾ ਕੱਲ ਨੂੰ ਤੇਰੀ ਘਰ ਵਾਲੀ ਨੂੰ ਕੋਈ ਕਹਿ ਦੂਗਾ ਮੈਂ ਤੈਨੂੰ ਪਿਆਰ ਕਰਦਾ, ਫਿਰ ਤੂੰ ਕੀ ਕਰੇਗਾ? ਐਂ ਕਿਵੇਂ ਕਹਿ ਦੂਗਾ ਫਿਰ? ਹੁਣ ਫਿਰ ਜਦ ਆਪਣੀ ਤੇ ਆਈ ਫਿਰ ਤੈਨੂੰ ਪਤਾ ਲੱਗ ਗਿਆ, ਔਰ ਨਾਲੇ ਮੇਰੀ ਕੋਈ ਬਦਨਾਮੀ ਨਹੀਂ ਹੋਈ ਹੈਗੀ। ਉਹ ਮੈਂ ਤਾਂ ਤੈਨੂੰ ਆਇਆ ਤੀ ਮਹਾਂ ਪਿਆਰ ਦੇ ਦੂੰਗਾ, ਟਰੱਕ ਡਰਾਈਵਰ ਜੋ ਲੰਡੂ ਜਾਂ ਬਾਹਰ ਹੀ ਰਹਿੰਦਾ। ਅੱਛਾ ਇੱਕ ਮਿੰਟ ਰੁਕੀ, ਧੱਕੇ ਖਾਂਦੇ ਆਇਓ ਬਾਹਰ ਸਰਪੰਚ ਸਾਹਿਬ। ਬੰਦੇ ਯਾਰ ਬੜਾ ਤੂੰ ਤਾਂ ਘਟੀਆ ਕਿਸਮ ਦਾ ਨਿਕਲਿਆ, ਹੈ ਮੇਰੇ ਕੋਲ ਕੀ ਗੱਲਾਂ ਕਰਦਾ ਸੀ, ਮੈਂ ਕਦੇ ਸੋਚਿਆ ਵੀ ਨਹੀਂ ਸੀ ਤੂੰ ਇੱਕ ਇੰਨੀ ਘਟੀਆ ਹਰਕਤ ਵੀ ਕਰ ਸਕਦਾ ਗਾ, ਇੱਕ ਆਪਦੇ ਠਰਕ ਪੁਣੇ ਨੂੰ ਪੂਰਾ ਕਰਨ ਲਈ। ਹੁਣ ਬੋਲ ਕੁਛ, ਕੀ ਕਹੀ ਯਾਰ ਤੁਹਾਡੇ ਵਰਗੇ ਬੰਦਿਆਂ 'ਚ, ਤੁਸੀਂ ਪਿੰਡ 'ਚੋਂ ਰਹਿੰਦੇ ਹੋ, ਹੁਣ ਦੱਸ ਤੈਨੂੰ ਕੀ ਸਜ਼ਾ ਦੇਈ ਇਹਦੀ? ਸਰਪੰਚ ਸਾਹਿਬ ਗਲਤੀ ਹੋ ਗਈ ਮੇਰੇ ਤੋਂ। ਗਲਤੀ ਕਾਹਦੀ ਯਾਰ, ਕਾਲੇ ਦਾ ਤੂੰ ਵੀ ਯਾਰ ਦੋਸਤ ਆ, ਹੈ ਨਾ ਮੈਂ ਵੀ ਯਾਰ ਦੋਸਤ ਹਾਂ, ਆਪਦੇ ਯਾਰ ਦੋਸਤ ਦੀ ਘਰ ਆਈ ਨੂੰ ਤੰਗ ਕਰੀਏ ਨਾ, ਤੇਰਾ ਫਰਜ਼ ਕੀ ਬਣਦਾ ਗਾ ਵੀ ਅਗਲਾ ਟਰੱਕ 'ਤੇ ਗਿਆ ਹੈ ਨਾ, ਕੋਈ ਦੁੱਖ ਦੇ ਸੁੱਖ ਦੇ 'ਚ ਬੰਦੇ ਦੇ ਆ ਕੇ ਮਦਦ ਕਰਨਾ ਹੈ ਖੜਨਾ, ਤੂੰ ਇਹਨੂੰ ਬਦਨਾਮ ਕਰਨ 'ਤੇ ਹੋਇਆ ਗਾ। ਸਰਪੰਚ ਸਾਹਿਬ ਇਹੋ ਜਿਹੇ ਬੰਦਿਆਂ ਕਰਕੇ ਨਾ ਸਾਡੇ ਵਰਗੀਆਂ ਵਿਚਾਰੀਆਂ ਬਦਨਾਮ ਹੋ ਜਾਂਦੀਆਂ ਨੇਗੀਆਂ। ਹੁਣ ਮੈਂ ਤਾਂ ਚਲੋ ਤੁਹਾਨੂੰ ਦੱਸਤਾ
ਤੁਸੀਂ ਤਾਂ ਚਲੋ ਦਿਲ ਦੇ ਵੀ ਸਹੀ ਹੋ, ਆਪਣੇ ਨਾਲ ਜਾਣ ਪਛਾਣ ਵਧੀਆ ਵਾ, ਤੁਸੀਂ ਤਾਂ ਕਰਕੇ ਮੇਰੇ ਤੇ ਯਕੀਨ ਕੀਤਾ, ਕੋਈ ਹੋਰ ਸਰਪੰਚ ਹੁੰਦਾ ਅਗਲੇ ਨੇ ਮਾੜੀ ਜਿਹੀ ਗੱਲ ਕਿੱਥੇ ਤੇ ਕਿੱਥੇ ਫੈਲਾ ਦੇਣੀ ਸੀ। ਤੂੰ ਯਾਰ ਇੱਕ ਸਤੀ ਸਵਿਤਰੀ ਔਰਤ ਨੂੰ ਬਦਨਾਮ ਕਰ ਦਾਂਗਾ, ਹੁਣ ਮੈਨੂੰ ਦੱਸਿਆ ਤੂੰ ਪਤਾ ਨਹੀਂ ਕਿੰਨੇ ਕੁ ਲੋਕਾਂ ਕੋਲੇ ਪਿੰਡ ਕੋਲੇ ਇਹਦੀਆਂ ਝੂਠੀਆਂ ਕਹਾਣੀਆਂ ਬਣਾ ਕੇ ਦੱਸੀਆਂ ਹੋਣੀਆਂ, ਹੈ ਗਲਤ ਆ, ਤੇਰੀ ਵੀ ਘਰ ਵਾਲੀ ਹੈ, ਤੂੰ ਵੀ ਵਿਆਹ ਪਰ ਹੈ, ਜੇ ਉਹਦੇ ਬਾਰੇ ਕੋਈ ਪੱਲੇ ਪਿੰਡ 'ਚ ਐਂ ਗੱਲਾਂ ਨਾ, ਗਲਤ ਗੱਲ ਆ ਨਾ, ਬਦਨਾਮੀ ਤਾਂ ਹੁੰਦੀ ਹੈ ਬੰਦੇ ਦੀ ਚਾਹੇ ਕਿਵੇਂ ਵੀ ਆ। ਇਹ ਤਾਂ ਚੱਲ ਜਿਗਰੇ ਵਾਲੀ ਸੀ, ਇਹਨੇ ਮੈਨੂੰ ਸਾਰੀ ਗੱਲ ਦੱਸਤੀ ਸੱਚਾਈ। ਨਾ ਸਰਪੰਚ ਸਾਹਿਬ ਗਲਤੀ ਹੋ ਗਈ ਮੇਰੇ ਤੋਂ, ਗਲਤੀ ਯਾਰ ਕਾਹਦੀ, ਐਵੇਂ ਲੋਕਾਂ ਦੀਆਂ ਉਂਗਲਾਂ 'ਤੇ ਚੜ ਗਿਆ ਮੈਂ ਤਾਂ। ਲੋਕਾਂ ਦੀਆਂ ਉਂਗਲਾਂ ਕਾਹਦੀਆਂ ਯਾਰ, ਤੇਰੀ ਆਪਦੀ ਇੱਛਾ ਹੋਊ ਸਾਰੀ। ਨਾ ਨਾ ਸਰਪੰਚ ਸਾਹਿਬ ਮੈਨੂੰ ਲਾਤ ਯਾਰ, ਮਜਬੂਰੀ ਦਾ ਫਾਇਦਾ ਨਹੀਂ ਉਠਾਈਦਾ, ਉਹ ਵੀ ਬੰਦਾ ਘਰ ਤੋਰਨ ਵਾਸਤੇ ਆਪਦਾ ਹੈ ਨਾ, ਡਿਊਟੀ ਤਾਂ ਕਰਨੀ ਪੈਂਦੀ ਹੈ, ਚਾਹੇ ਟਰੱਕ ਚਲਾਉਂਦਾ ਕੁਛ ਵੀ ਕਰਦਾ ਹੈ ਨਾ, ਚਾਹੇ ਬੰਦਾ ਕੋਈ ਬਾਹਰੇ ਮੁਲਾਜ਼ਮ ਆਇਆ, ਕੋਈ ਵੀ ਆਪਣੇ ਪਿੰਡ 'ਚੋਂ 100 ਬੰਦੇ ਨੇ ਜਿਹੜੇ ਬਾਹਰ ਡਿਊਟੀ ਕਰਦੇ ਨੇ, ਘਰ ਵਾਲੀਆਂ ਇਕੱਲੀਆਂ ਨੇ, ਹੈ ਪਰ ਇਹ ਤਾਂ ਨਹੀਂ ਵੀ ਉਹਨਾਂ ਦੇ ਘਰ ਵਾਲੀ ਗਲਤ ਆ ਜਾਂ ਆਪਾਂ ਉਹਨਾਂ 'ਤੇ ਗਲਤ ਅੱਖ ਰੱਖੀ, ਆਪਣਾ ਫਰਜ਼ ਕੀ ਬਣਦਾ ਵੀ ਉਹਨਾਂ ਦੀ ਮਦਦ ਕਰੀਏ, ਹੈ ਨਾ। ਹੱਥ ਜੋੜ ਕੇ ਬੇਨਤੀ ਆ ਯਾਰ, ਇਹੋ ਜਿਹਾ ਕੰਮ ਨਾ ਕਰੋ ਪਿੰਡ 'ਚ, ਠੀਕ ਆ। ਨਾ ਨਾ ਸਰਪੰਚ, ਤੁਹਾਨੂੰ ਕੀ ਪੰਚਾਇਤ ਇਕੱਠੀ ਕਰੀਏ ਇਹੋ ਜਿਹੇ ਕੰਮ 'ਚ, ਹੈ ਆਪ ਹੀ ਬੰਦੇ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਯਾਰ, ਇਨਸਾਨੀਅਤ ਦੇ ਨਾਤੇ, ਹੈ ਨਾ। ਆਪਣੀ ਧੀ ਭੈਣ ਆ ਯਾਰ ਇਹ ਪਿੰਡ ਦੀ, ਇਹਦੀ ਇੱਜ਼ਤ ਆਪਣੀ ਇੱਜ਼ਤ, ਹੈ ਨਾ, ਪਿੰਡ ਦੀ ਨੂੰਹ ਹੋਵੇ ਧੀ ਹੋਵੇ ਸਾਰੀ ਸਾਂਝੀ ਹੁੰਦੀ ਆ, ਆਪਣਾ ਮਦਦ ਕਰਨਾ ਫਰਜ਼ ਬਣਦਾ, ਹੈ ਨਾ। ਚੱਲ ਭਾਈ ਕੋਈ ਨਾ, ਅੱਜ ਤੋਂ ਬਾਅਦ ਤੈਨੂੰ ਤੰਗ ਨਹੀਂ ਕਰੂਗਾ, ਠੀਕ ਆ, ਕੰਮ ਕਰ ਕਰ, ਕਿਸੇ ਵੀ ਚੀਜ਼ ਦੀ ਲੋੜ ਹੋਈ ਮੈਨੂੰ ਫੋਨ ਮਾਰ ਦੇ ਕਦੋਂ, ਠੀਕ ਹੈ ਸਰਪੰਚ, ਅਸੀਂ ਤੇਰੀ ਹਰ ਪਾਸੋਂ ਮਦਦ ਕਰਾਂਗੇ। ਚਲੋ ਕੋਈ ਨਹੀਂ, ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੈਗਾ, ਇਹੀ ਬਹੁਤ ਵੱਡੀ ਗੱਲ ਆ, ਪਰ ਅੱਗੇ ਤੋਂ ਧਿਆਨ ਰੱਖਿਓ, ਕੋਈ ਅੱਗੇ ਤੋਂ ਕੋਈ ਗਲਤੀ ਨਹੀਂ ਕਰਨੀ ਇਹ ਜੀ, ਠੀਕ ਆ। ਜੇ ਕੋਈ ਕੁੜੀ ਨੂੰ ਤੁਸੀਂ ਇੰਨਾ ਤੰਗ ਕਰੋਗੇ, ਮੈਂ ਤਾਂ ਚਲੋ ਫੇਰ ਵੀ ਆਪਣੇ ਆਪ ਦੀ ਹਿੰਮਤ ਰੱਖੀ, ਜੇ ਕੋਈ ਹੌਲੇ ਦਿਲ ਵਾਲੀ ਹੁੰਦੀ ਨਾ, ਅਗਲੀ ਕਦੋਂ ਦੀ ਕੁਛ ਕਰ ਲੈਂਦੀ ਆਪਣੇ ਆਪ ਨਾਲ, ਹੋਰ ਸਾਰੀ ਉਮਰ ਜੇਲ ਦੀਆਂ ਰੋਟੀਆਂ ਖਾਂਦਾ ਫੇਰ ਕੀ ਨਿਕਲਦਾ, ਹੈ ਨਾ, ਪਹਿਲੇ ਹੀ ਦਿਮਾਗ, ਨਾਲੇ ਤਾਂ ਤੇਰਾ ਘਰ ਖਰਾਬ ਹੁੰਦਾ ਨਾਲੇ ਉਹਦਾ ਘਰ ਖਰਾਬ ਹੁੰਦਾ। ਚੱਲ ਕੋਈ ਨਾ, ਚੱਲ ਆ ਜਾ, ਗੱਲ ਤੇਰੇ ਤੇ ਮੇਰੇ 'ਚ, ਆਪਾਂ ਕਿਤੇ ਨਹੀਂ ਕਰਦੇ ਗੱਲ, ਠੀਕ ਆ, ਤੂੰ ਵੀ ਨਾ ਅੱਗੇ ਕਿਤੇ ਕਰੀ, ਇਹ ਵਿਚਾਰੀ ਦੀ ਇੱਜ਼ਤ ਆਪਣੀ ਇੱਜ਼ਤ, ਹੈ ਨਾ। ਨਾ ਠੀਕ ਹੈ ਜੀ, ਹੋਰ ਚੱਲ ਆ ਜਾ, ਚੱਲ ਗੁੜੀ ਕੋਈ ਚੱਕਰ, ਠੀਕ ਹੈ, ਚੱਲ ਸ਼ੁਕਰ ਆ, ਇਹਨੂੰ ਟਾਈਮ ਹੁੰਦੇ ਅਕਲ ਆ ਗਈ, ਘਰ ਦੀ ਗੱਲ ਨਾਲੇ ਘਰ 'ਚ ਰਹਿ ਗਈ, ਇਹ ਤਾਂ ਵਧੀਆ ਹੋਇਆ ਵੀ ਹਾਂ ਸਾਡੇ ਪਿੰਡ ਦਾ ਸਰਪੰਚ ਬਹੁਤ ਵਧੀਆ ਅਤੇ ਦਿਲ ਦਾ ਵੀ ਸਹੀ ਆ, ਉਹਨੇ ਮੇਰਾ ਸਾਥ ਦਿੱਤਾ, ਨਹੀਂ ਤਾਂ ਕੋਈ ਨਹੀਂ ਇੱਦਾਂ ਨਾਲ ਖੜ੍ਹਦਾ ਹੁੰਦਾ।